ਉਸ ਦਿਨ ਉਹਨਾਂ ਨੇ ਪ੍ਰਭੂ ਯੇਸੂ ਨੂੰ ਸੂਲੀ 'ਤੇ ਚੜਾ ਦਿੱਤਾ ਅਤੇ ਸਾਰੇ ਲੋਕ ਚਲੇ ਗਏ। ਜੋ ਲੋਕ ਮੰਨਦੇ ਸੀ ਕਿ ਉਹ ਪਰਮੇਸ਼ਵਰ ਨੇ, ਉਹ ਬੈਠੇ ਰਹੇ ਸੂਲੀ ਦੇ ਸਾਹਮਣੇ, ਅਥਰੂ ਵਹਾਉਂਦੇ, ਉਹ ਉਹਨੂੰ ਵੇਖਦੇ ਰਹੇ। ਅਤੇ ਫਿਰ ਮੈਰੀ ਇੱਕ ਆਂਡਾ ਲੈ ਕੇ ਆਈ। ਉਹਨੇ ਦੱਸਿਆ ਕਿ ਇਹ ਪ੍ਰਭੂ ਦੇ ਪੁਨਰ ਜਨਮ ਦਾ ਸੰਕੇਤ ਹੈ। ਉਹਨਾਂ ਨੇ ਇਹ ਕਿਹਾ ਕਿ ਇਸ ਆਂਡੇ ਦੀ ਸੁਰੱਖਿਆ ਕਰਨੀ ਹੀ ਹੋਊਗੀ। ਉਹਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਸੀ। ਪਰ 3 ਦਿਨਾਂ ਬਾਅਦ ਪ੍ਰਭੂ ਯੇਸ਼ੂ ਦੁਨੀਆਂ ਵਿੱਚ ਵਾਪਸ ਆ ਗਏ। ਇਸ ਦੁਨੀਆਂ ਦਾ ਕੋਈ ਵੀ ਆਦਮੀ ਪ੍ਰਭੂ ਯੇਸ਼ੂ ਨੂੰ ਸੂਲੀ 'ਤੇ ਨਹੀਂ ਚੜਾ ਸਕਦਾ। ਉਹ ਆਮ ਆਦਮੀ ਨੂੰ ਮਾਰ ਸਕਦੇ ਨੇ, ਪਰ ਜੋ ਯੇਸ਼ੂ 'ਤੇ ਵਿਸ਼ਵਾਸ ਕਰਦੇ ਨੇ ਉਹਨੂੰ ਨਹੀਂ। ਪ੍ਰਭੂ ਆਉਣਗੇ, ਪ੍ਰਭੂ ਜ਼ਰੂਰ ਆਉਣਗੇ। ਹਲੇਲੂਇਆ, 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 ਹਲੇਲੂਇਆ। ਇੱਕ ਗੱਲ ਦੱਸ ਯਾਰ, ਤੂੰ ਪੂਰੇ 2 ਮਹੀਨੇ ਦੀ ਪਲੈਨਿੰਗ ਬਣਾਈ ਆ, ਇੱਥੋਂ ਤੋਂ ਕੋਲਕਾਤਾ ਤੱਕ ਟਰੈਵਲ ਕਰਨਾ ਤੇ ਉੱਥੇ ਇੱਕ ਮਿਊਜ਼ੀਅਮ ਨੂੰ ਲੁੱਟਣਾ। ਸੱਚੀ ਯਾਰ, ਤੂੰ ਨਾ ਬੇਵਕੂਫ ਹੈ ਹੀ ਤੇ ਵਿਨਾਇਕ ਤੇਰੇ ਤੋਂ ਵੀ ਜ਼ਿਆਦਾ। ਯਾਰ ਇਹ ਪਲੈਨਿੰਗ ਛੱਡ, ਬੌਸ ਕੋਲ ਚੱਲਦੇ ਹਾਂ, ਮਹੇਸ਼ ਬਾਬੂ ਨੂੰ ਲੈ ਕੇ ਫਿਲਮ ਬਣਾਏ। ਓਏ ਆ ਡੈਸ਼ਬੋਰਡ ਖੋਲੀ। ਕਿਉਂ, ਕੀ ਹੋਇਆ? ਖੋਲਣਾ ਯਾਰ, ਇੱਕ ਚੀਜ਼ ਆ ਉਹ ਕੱਢ। ਇਹ ਤਾਂ ਆਂਡਾ ਹੈ, ਇਹ ਅੱਧੇ ਕੀ ਕਰਿਆ ਬਾਈ? ਇਹ ਆਂਡੇ ਦੇ ਲਈ ਮਾਇਰ ਨੇ 2 ਮਹੀਨੇ ਤੱਕ ਮਿਊਜ਼ੀਅਮ ਦੇ ਸਾਹਮਣੇ ਇੰਤਜ਼ਾਰ ਕੀਤਾ ਸੀ ਤੇ ਅਸੀਂ 6 ਮਹੀਨੇ ਤੱਕ ਇਹਦਾ ਸਕੈਚ ਬਣਾਇਆ। ਇਹਨੂੰ ਲੁੱਟਣ ਦੇ ਲਈ 6 ਮਹੀਨੇ ਤੂੰ ਇਹਨੂੰ ਲੁੱਟਣ ਦੇ ਲਈ ਮਿਹਨਤ ਕੀਤੀ? ਆਨਲਾਈਨ ਆਰਡਰ 'ਚ ਅੱਧੇ ਘੰਟੇ 'ਚ ਅੱਧੇ ਦਰਜਨ ਅੰਡੇ ਆ ਜਾਂਦੇ ਆ। ਚੱਲ ਤੈਨੂੰ ਇੱਕ ਮਸਤ ਆਫਰ ਦਿੰਦਾ, ਮੇਰੇ ਕੋਲ ਉਹਦੇ ਲਈ ਕੂਪਨ ਵੀ ਹੈ। ਬਕਵਾਸ ਬੰਦ ਕਰ ਯਾਰ, ਆਂਡੇ ਨੂੰ ਨਾ ਸਾਵਧਾਨੀ ਨਾਲ ਐਂ ਫੜ ਤੇ ਉੱਪਰ ਦੀ ਖੋਲ। ਹੈਂ, ਤੇਰਾ ਦਿਮਾਗ ਖਰਾਬ ਹੋ ਗਿਆ ਕੀ? ਜੋ ਬੋਲਦਾ ਉਹ ਕਰ। ਬਹੁਤ ਸਮੇਂ ਪਹਿਲਾਂ ਰਸ਼ੀਆ ਵਿੱਚ ਫੈਬਰੇਜਰ ਨਾਮ ਦੇ ਆਦਮੀ ਨੇ ਐਵੇਂ ਦੇ 72 ਅੰਡੇ ਬਣਾ ਕੇ ਰੱਖੇ ਸੀ ਉਸ ਦੇਸ਼ ਦੇ ਰਾਜਿਆਂ ਦੇ ਲਈ। ਅੱਜ ਕੱਲ੍ਹ ਇਹ ਸਿਰਫ 10 ਹੀ ਬਚੇ ਨੇ। ਇਹ ਦੁਨੀਆਂ ਦਾ ਸਭ ਤੋਂ ਕੀਮਤੀ ਐਂਟਿਕ ਪੀਸ ਹੈ ਜੋ ਕਿਸੇ ਦੇ ਕੋਲ ਨਹੀਂ ਹੈ। ਇਹਦਾ ਹੁਣ ਮਾਲਿਕ ਨਾਇਰ ਹੈ, ਇਹਨੂੰ ਫੈਬਰੇਜ ਅੰਡਾ ਕਹਿੰਦੇ ਨੇ। ਤੂੰ ਇਹਨੂੰ ਕਿੱਥੇ ਲੈ ਕੇ ਜਾ ਰਿਹਾ? ਇਹਨੂੰ MP ਜਨਾਰਦਨ ਖਰੀਦ ਰਿਹਾ। ਕਿੰਨੇ 'ਚ? 2 ਲੱਖ 'ਚ? ਹੈ 200 ਕਰੋੜ ਵਿੱਚ। 200 ਕਰੋੜ 'ਚ? ਇਹਨੂੰ ਘੋਰਨਾ ਬੰਦ ਕਰ, ਇਹਨੂੰ ਵਾਪਸ ਰੱਖ। ਓਏ ਸਪੀਡ ਬ੍ਰੇਕਰ ਵਿਕਦਾ ਨਹੀਂ ਤੈਨੂੰ? ਪਾਰਟ 'ਚ ਗਿਆ ਤੇਰਾ ਸਪੀਡ ਬ੍ਰੇਕਰ। ਇਹ ਕਾਂਡੇ ਨੂੰ ਠੀਕ ਤਰ੍ਹਾਂ ਸੰਭਾਲ ਨਹੀਂ ਸਕਦਾ, ਇਸ ਕਰਕੇ ਨਾਇਰ ਨੇ ਤੈਨੂੰ ਰੋਬਰੀ ਦੇ ਪਲਾਨ 'ਚ ਬਾਹਰ ਕੱਢਤਾ ਸੀ। ਉਸ ਦਿਨ ਮੇਰੀ ਤਬੀਅਤ ਠੀਕ ਨਹੀਂ ਸੀ, ਤੈਨੂੰ ਵੀ ਪਤਾ ਹੈ। ਆਂਡਾ ਅੰਦਰ ਰੱਖ। ਤੈਨੂੰ ਪਤਾ ਨਾ ਮੈਨੂੰ ਸਿਗਰਟ ਦੇ, ਤੂੰ ਹੈ ਤਾਂ ਐਲਰਜੀ ਹੈ, ਤੂੰ ਫਿਰ ਵੀ ਪੀਤੀ ਤੇ ਹੁਣ ਮੇਰਾ ਸਰਦਰਦ ਹੋ ਰਿਹਾ ਹੈ। ਕੀ ਬੋਲ ਰਿਹਾ? ਸਿਗਰਟ ਦੀ ਵਜ੍ਹਾ ਤੋਂ ਸਾਰਿਆਂ ਤੋਂ ਵੱਡਾ ਤਾਂ ਸਰਦਰਦ ਤੂੰ ਹੈ। ਕਾਰ ਰੋਕ। ਕੀ? ਜੋ ਵੀ ਤੈਨੂੰ ਕਰਨਾ ਤੂੰ ਇਕੱਲੇ ਕਰ, ਮੈਨੂੰ ਨਹੀਂ ਆਉਣਾ ਤੇਰੇ ਨਾਲ। ਹੁਣ ਜ਼ਿਆਦਾ ਬੋਲਣਾ, ਇੱਕ ਜ਼ਰੂਰੀ ਕੰਮ ਤੇ ਜਾ ਰਿਹਾ ਸੀ। ਜੋ ਵੀ ਕਰਨਾ ਮੈਂ ਕਰਾਂਗਾ, ਇਹ ਮੇਰੀ ਗੱਡੀ ਹੈ। ਓ ਬੋਲਿਆ ਨਾ, ਤੰਗ ਨਾ ਕਰ ਤੂੰ ਮੈਨੂੰ। ਗੱਡੀ ਰੋਕ। ਓਏ ਗੱਡੀ ਰੋਕ। ਓਏ ਓਏ ਮੈਂ ਕਹਿ ਰਿਹਾ ਗੱਡੀ ਰੋਕ, ਮੇਰੀ ਗੱਡੀ ਰੋਕ, ਮੈਂ ਕਹਿ ਰਿਹਾ ਮੇਰੀ ਗੱਡੀ ਰੋਕ। ਮੈਂ ਤੈਨੂੰ ਕਹਿੰਦਾ ਓ ਤੇਰੀ ਓਏ ਜਾ ਨਾ ਰੋ, ਸਮਰੇ ਦੇ ਮੈਂ ਬਣਾਏ ਓ ਕੰਟਰੋਲ ਨਹੀਂ ਹੁੰਦੀ। ਕੀ ਕਹਿੰਦਾ ਹੈ? ਅੰਡਾ ਸਲਾਮਤ ਹੈ ਨਾ? ਓ ਗਧਿਆ ਕਮੀਨਿਆ। ਨੰਬਰ 4 ਤੇਰੇ ਕੋਲ AKN ਦੀ ਬੁਲਟਸ ਹੈ ਨਾ? ਓ ਲੰਗੂਰ, ਟਰੱਕ ਆ ਗਈ, ਚੱਲ ਜਾ। ਠੀਕ ਹੈ ਭਾਈ। ਲੋ ਖੋਲੋ।
हाय हेलो सारे खाना बनाने वाले योद्धावां नूं मेरा सत श्री अकाल दोस्तों कदे भी अंडे नूं चम्मच नाल ना हिलाओ इन्हां नूं घट आंच ते पकाओ क्योंकि तद ही ये सुनहरे रंग नाल चमक जाएंगे यही है इस सैक्शो का डिश दी स्पेशलिटी हुण हर कोई सोचेगा कि सैक्शो का एक इजरायली डिश है पर पुराने समय विच नॉर्थ अफ्रीकियंस ते ट्यूनिशियंस इस डिश दी क्रेडिट नूं लेके लड़दे सी तुहाडे बच्चियां दे टिफिन लई तुहानूं इस तों ज्यादा स्वादिष्ट ते हेल्दी डिश किते नहीं मिल सकदी रेसिपीज बिल्कुल इंसानां दी तरह हुंदियां ने दोवें इक्को जिक्के नहीं हुंदे ठीक ओदा ही जिवें असीं अपने जीवन विच छोटी छोटी खुशियां किवें पा सकदे हां ओदा ही असीं सिंपल ग्रेडियंट दे नाल वधिया रेसिपीज तैयार कर सकदे हां पर जदों असीं कुछ नवां पका रहे हुंदे हां ते ओदे विच सानूं अपना दिल रख देना हुंदा है के गल है ने जेती आ गई शिल्पा मेरा ते ओदा यही टाइम है ते एक तू है जेड़ा पूरी रात पींदा है ते लेट उठदा है अमृत वेले उठाने ले तेरे जो जी वोटी नहीं ना तू वेखदा रह एक दिन सेक्रेटरी साहब नु कह के तेनु जॉब तो कढवा दूंगी हां ठीक है जा अपना काम कर मैं तो कर ही रही हूं तू अपना कर प्लीज नाराव सर तोड़ा पार्किंग एरिया खाली सी गाना ता मैं उन्होंने किया कि इथे पार्क कर लो 15 मिनट में चले जाएंगे ओ गल 15 मिनट दी नहीं है मान लो तू चल ये मान ला मेरे करे मेरे रिश्तेदार दे सौन दी जगह नहीं है कि मैं तेरे करे ले आऊंगा दस मैनू ओ तुसी किदा नहीं गल कर रहे हो फिर मैं किवें दी गल करा चेयरमैन है सोसाइटी दा नियम क्यों बनाया पालन कर ली ना देखो जद मैं वापस आऊंगा ये कार दिसनी नहीं चाहिए ओए रामू इधर आ हुन गैस नु बंद कर दो ते डिश नु गर्मा गर्म सर्व कर दो जे तुहानू ए रेसिपी पसंद आए ते लाइक ते शेयर जरूर करियो एहो जिया डिफरेंट रेसिपीज दे लई मेरे चैनल नु सब्सक्राइब करो दिस इज अनुपमा गुमा गुमा क्यों है दीदी कुछ नहीं बलराजू जदों असी शूट कर रहे सी ते पद्मा नु उत्ते जांदे देखिया सी पर ओ हाले तक नहीं आई ਤੁਸੀਂ ਚਾਹੇ ਜਿੰਨਾ ਮਰਜ਼ੀ ਬਿਜ਼ੀ ਹੋਏ ਗਵਾਂਢੀਆਂ ਦੇ ਨਾਲ ਕੀ ਹੁੰਦਾ ਪਿਆ ਉਹਦੇ ਤੇ ਨਜ਼ਰ ਰੱਖਣੀ ਹੈ ਤੁਹਾਨੂੰ ਤੈਨੂੰ ਕੀ ਪ੍ਰੋਬਲਮ ਹੈ ਪਦਮਾ ਦੀਦੀ ਹਾਂ ਜ਼ਰਾ ਥੱਲੇ ਆ ਸਕਦੇ ਹੋ ਹਾਂ ਆਉਂਦੀ ਆ ਸੁਣ ਮੈਂ 1 ਮਿਲੀਅਨ ਸਬਸਕ੍ਰਾਈਬਰਸ ਦੇ ਲਈ ਫੈਮਿਲੀ ਦੇ ਨਾਲ ਥੈਂਕ ਯੂ ਵੀਡੀਓ ਸ਼ੂਟ ਕਰਨਾ ਚਾਹੁੰਦੀ ਆ ਤੈਨੂੰ ਸਾਰਿਆਂ ਨੂੰ ਇਹਦੇ ਲਈ ਮਨਾਉਣਾ ਹੋਏਗਾ ਕੈਮਰਾ ਚਾਲੂ ਰੱਖੀ ਠੀਕ ਹੈ ਠੀਕ ਹੈ ਦੀਦੀ ਆਓ 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 ਦੀਦੀ ਹਾਂ ਇੰਨੀ ਸਵੇਰੇ ਛੱਤ ਤੇ ਕਿਉਂ ਗਏ ਸੀ ਚਿਪਸ ਸਕਾਉਣ ਗਈ ਸੀ ਵਾਹ ਤੁਸੀਂ ਛੱਤ ਤੇ ਚਿਪਸ ਸੁਕਾਉਂਦੇ ਹੋ ਤੇ ਤੁਹਾਡਾ ਘਰ ਵਾਲਾ ਦੂਸਰੀ ਕੁੜੀਆਂ ਦੇ ਨਾਲ ਫਲਰਟ ਕਰਦਾ ਹੈ ਹੁਣ ਤੁਸੀਂ ਫਲਰਟੀ ਚੈਨਲ ਸਟਾਰਟ ਕਰ ਦੋ ਕੀ ਹੋਇਆ ਅਨੁਪਮਾ ਚਿੰਨਾ ਰਾਉ ਦਾ ਇੱਕ ਕੁੜੀ ਦੇ ਨਾਲ ਅਫੇਅਰ ਹੈ ਤੂੰ ਕੀ ਕਹਿ ਰਹੀ ਹੈ ਅਨੁਪਮਾ ਤੁਸੀਂ 14 ਤਰੀਕ ਨੂੰ ਆਪਣੇ ਪੇਕੇ ਜਾਣ ਦੇ ਲਈ ਬੱਸ ਫੜੀ ਸੀ ਨਾ ਉਸ ਦਿਨ ਆਟੋ ਲੈ ਕੇ ਇੱਥੇ ਆਈ ਸੀ ਉਹਦਾ ਨਾਮ ਹੈ ਸਵਿਤਰੀ ਭਾਗਿਆ ਲਕਸ਼ਮੀ ਨਹੀਂ ਨਹੀਂ ਜਾਨੀ ਹੁਣ ਮੈਂ ਕੀ ਕਰਾਂ ਤੁਸੀਂ ਨਾ ਚਿਪਸ ਸੁਕਾਉਂਦੇ ਰਹੋ ਤੇ ਇਦਾਂ ਵਿਖਾਓ ਕਿ ਜਿਵੇਂ ਤੁਹਾਨੂੰ ਕੁਛ ਨਹੀਂ ਪਤਾ ਠੀਕ ਹੈ ਹੁਣ ਜਾਓ ਜਾਓ ਕੌਣ ਸੀ ਸਵੇਰੇ ਸਵੇਰੇ ਪਦਮਾ ਦੀਦੀ ਜੇ ਬੁਲਾਏ ਸੀ ਤਾਂ ਚਾਹ ਵੀ ਪਿਲਾਈ ਦਿੰਦੀ ਜਿਵੇਂ ਕਿ ਮੈਂ ਬਹੁਤ ਫ੍ਰੀ ਸੀ ਨਾ ਉਹ ਮੇਰੀ ਡਿਸ਼ ਵੇਖਣਾ ਚਾਹੁੰਦੀ ਸੀ ਇਸ ਲਈ ਮੈਂ ਕਿਹਾ ਓਕੇ ਆਈ ਸਵੇਅਰ ਠੀਕ ਹੈ ਅੱਜ ਮੈਨੂੰ ਆਫਿਸ ਥੋੜਾ ਜਲਦੀ ਜਾਣਾ ਪਊਗਾ ਮੇਰਾ ਟਿਫਨ ਰੈਡੀ ਕਰ ਦੇ ਵਰੁਣ ਉੱਠ ਛੇਤੀ ਬ੍ਰਸ਼ ਕਰ ਦੀਦੀ ਬਿਨਾ ਗੋਸੀ ਦੇ ਤੁਹਾਡਾ ਦਿਨ ਨਾ ਤਾਂ ਸ਼ੁਰੂ ਹੁੰਦਾ ਨਾ ਖਤਮ ਹੁੰਦਾ ਹੈ ਓਹੋ ਨਾ ਬਸ ਅਸੀਂ ਪੁੱਛ ਰਹੇ ਹਾਂ ਅਸੀਂ ਜਦੋਂ ਚਾਹੀਏ ਆਪਣੇ ਬਾਰੇ ਵਿੱਚ ਸੋਚ ਸਕਦੇ ਹਾਂ ਪਰ ਚੁਗਲੀਆਂ ਦੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਕੁਝ ਅਲੱਗ ਹੀ ਲੈਵਲ ਦੀ ਹੁੰਦੀ ਹੈ ਓਏ ਉਲਟੇ ਟਰੱਕ ਵਿੱਚ ਆਂਡਾ ਡਿੱਗ ਪਿਆ ਮੈਂ ਉਹਨੂੰ ਦੂਰਬੀਨ ਨਾਲ ਦੇਖ ਨਹੀਂ ਪਾ ਰਿਹਾ ਪੀੜ ਹੋ ਰਹੀ ਹੈ ਹਾਂ ਭਾਈ ਹੋ ਤਾਂ ਰਿਹਾ ਹੈ ਅੱਛਾ ਤੈਨੂੰ ਮਸਾਜ ਚਾਹੀਦੀ ਹੈ ਕਿ ਅਚਾਨਕ ਨਾਲ ਐਵੇਂ ਹੋ ਗਿਆ ਭਾਈ ਅੱਛਾ ਉਹ ਸਾਹਮਣੇ ਰੋਡ ਤੇ ਇੱਕ ਮੇਮਣਾ ਆ ਗਿਆ ਤੇ ਕਿਹੋ ਜਿਹਾ ਮੇਮਣਾ ਉਹੀ ਭਾਈ ਬੱਕਰੀ ਦਾ ਬੱਚਾ ਤੇ
मेरा कंट्रोल खो गया। तैनू पलक चपकाउण दे लई कीने कहा सी? मौत भी आ जावे तो असि अपनी पलक नहीं चपका सकते, तैनू पता है ना? पूरा ध्यान सी भाई, पर बीच मेमन आ गया। इहदा मतलब है कि उह मेमने दी गलती है ना? ट्रक दा नंबर की है? नोटिस नहीं किता भाई। नोट नहीं किता तो फिर की नोट किता? नीले रंग दा ट्रक है भाई। नीले रंग दा ट्रक सी? होर ईश्वरी सच्चा रक्षक है, एदा उहदा ट्रक ते लिखिया सी। अजिहा लिखिया सी? तू कार चला रहा सी, अचानक तू एक मेमना सड़क ते आ गया, तो धमाका हो गया, तो एक्सीडेंट हो गया। यही सच है ना? पर इन्हें तो कहा कि तू सावधान सी, है ना? बिल्कुल झूठ है। जानदे हां सावधान रहने का मतलब की होंदा है? ਉਹ ਅੰਡਾ ਜਿਹਨੂੰ ਲੁੱਟਣ ਦੇ ਲਈ ਅਸੀਂ 2 ਮਹੀਨੇ ਤੋਂ ਪਲੈਨਿੰਗ ਬਣਾ ਰਹੇ ਸੀ, ਉਹਨੂੰ ਸਹੀ ਜਗ੍ਹਾ ਤੇ ਪਹੁੰਚਾਉਣਾ ਦੂਜੇ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ। ਸਮਾਰਟ ਹੋਣਾ, ਉਹ ਵੀ ਮੇਰੀ ਤਰ੍ਹਾਂ, ਸਮਝਿਆ ਨਾ? ਹੈਂ ਤਾਂ ਫਿਰ ਸੁਣ, ਮੈਂ ਤੈਨੂੰ 1 ਹਫ਼ਤੇ ਦਾ ਟਾਈਮ ਦੇ ਰਿਹਾ, ਠੀਕ ਹੈ ਨਾ? ਉਦੋਂ ਤੱਕ ਮੇਰਾ ਵਾਂਡਾ ਲੈ ਕੇ ਆ, ਨਹੀਂ ਤਾਂ ਤੇਰੇ ਜਿਹੜੇ ਮਾਂ ਪਿਓ ਨੇ ਨਾ ਦੋਨਾਂ ਨੂੰ ਮਾਰ ਦਿਆਂਗਾ। ਫਿਰ ਤੇਰੀ ਘਰ ਵਾਲੀ ਜਿਹਦੀ ਹੋਸਪਿਟਲ ਵਿੱਚ ਡਿਲੀਵਰੀ ਹੋਣ ਵਾਲੀ ਹੈ, ਉਹਦੇ ਢਿੱਡ ਵਿੱਚ ਛੋਟਾ ਜਿਹਾ ਜਿਹੜਾ ਨੰਨਾ ਮੁੰਨਾ ਜਵਾਕ ਹੈ ਨਾ, ਉਹਨੂੰ ਵੀ ਮਾਰ ਦਿਓ। ਜਾਂ ਫਿਰ ਤੇਰੇ ਘਰ ਵਾਲੇ ਦੇ ਕੋਲ ਪਹਿਲਾਂ ਜਾਵਾਂਗੇ ਤੇ ਉਸਦੀ ਭਿਆਨਕ ਮੌਤ ਤੋਂ ਬਾਅਦ ਵੀ ਤੂੰ ਜ਼ਿੰਦਾ ਰਿਹਾ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਜੇਕਰ ਤੂੰ ਅਜਿਹਾ ਨਹੀਂ ਚਾਹੁੰਦਾ ਤਾਂ ਉੱਥੇ ਜਾ ਅਤੇ ਅੰਡਾ ਲੈ ਕੇ ਆ। ਓਏ, ਹਰ ਰੋਜ਼ ਸ਼ਹਿਰ ਵਿੱਚ ਕਿੰਨੇ ਅੰਡੇ ਪਹੁੰਚਾਏ ਜਾਂਦੇ ਹਨ? ਘੱਟੋ ਘੱਟ 3 ਤੋਂ 4 ਲੱਖ। ਇੰਨੇ ਜ਼ਿਆਦਾ? ਜਾਓ ਜਲਦੀ ਕਰੋ, ਨਹੀਂ ਤਾਂ ਕੋਈ ਮੇਰੇ ਅੰਡੇ ਦਾ ਆਮਲੇਟ ਬਣਾ ਕੇ ਖਾ ਜਾਵੇਗਾ। ਛੋਟੇ 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 ਨੂੰ ਜਾਣ ਜਾਣ ਦੋ, ਭੱਜਣ ਦਿਓ ਉਹਨੂੰ। ਓਏ ਰਿਲੈਕਸ ਹੋ ਜਾ ਸਾਲੇ ਸਾ, ਇੱਕਦਮ ਰਿਲੈਕਸ ਹੋ ਜਾ, ਰਿਲੈਕਸ ਹੈ। ਜਾ ਜਾ ਕੇ ਅੰਡਾ ਲੈ ਕੇ ਆ, ਜਾ। ਓਏ ਰੁਕ, ਇਹਨੂੰ ਕਾਮੇਡੀ ਨਾ ਸਮਝੀ, ਵਾਰਨਿੰਗ ਹੈ, ਜਾ। ਲੜਕੀ ਦੇ ਬਾਰੇ ਚ ਸਭ ਕੁਝ ਜਾਣ ਲਵੀ, ਉਹ ਕੀ ਕਰਦੀ ਹੈ, ਕਿੱਥੇ ਪੜ੍ਹਦੀ ਹੈ, ਠੀਕ ਹੈ? ਹਾਂ ਠੀਕ ਹੈ, ਹਾਂ ਬਿਲਕੁਲ ਸਮਝ ਗਈ। ਆ ਸਾਰੀਆਂ ਚੀਜ਼ਾਂ ਪੁੱਛ ਲਵਾਂਗੇ, ਬਹੁਤ ਵਧੀਆ। ਲక్ష్ਮੀ, ਸ਼ਿਲਪਾ, ਸ਼ਿਲਪਾ ਇੱਥੇ ਆ। ਕੀ ਗੱਲ ਹੈ ਦੀਦੀ? ਇੱਥੇ ਆਣਾ, ਅੰਦਰ ਆ, ਚਾਹ ਪੀਂਦੇ ਆ। ਦੀਦੀ ਮੈਨੂੰ ਬਹੁਤ ਕੰਮ ਹੈ, ਮੈਂ ਹਲੇ ਬੇਬੀ ਮੈਡਮ ਦੇ ਫਲੈਟ 'ਚ ਵੀ ਜਾਣਾ ਹੈ। ਓਹੋ, ਕੋਈ ਗੱਲ ਨਹੀਂ, ਵੇਖ ਮੈਂ ਕੱਲੀ ਚਾਹ ਨਹੀਂ ਪੀ ਸਕਦੀ, ਸਿਰਫ 10 ਮਿੰਟ, ਚੱਲ ਨਾ, ਆ ਜਾ। ਹਾਂ ਠੀਕ ਹੈ। ਸ਼ਿਲਪਾ, ਬਹੁਤ ਹੀ ਪਿਆਰਾ ਨਾਂ ਹੈ। ਥੈਂਕਸ ਦੀਦੀ, ਮੇਰਾ ਘਰ ਵਾਲਾ ਵੀ ਇਹੀ ਕਹਿੰਦਾ ਹੈ। ਅੱਛਾ, ਉਹ ਲੋਕ ਕੌਣ ਸੀ ਜਿਹੜੇ ਸਾਡੇ ਗੁਆਂਢੀਆਂ ਦੇ ਘਰ ਆਏ ਸੀ? ਪਹਿਲਾਂ ਕਦੀ ਵੇਖਿਆ ਨਹੀਂ। ਅੱਛਾ, ਉਹ ਲੋਕ ਤੁਸੀਂ ਰਾਜਨਾ ਦੀ ਕੁੜੀ ਨੂੰ ਜਾਣਦੇ ਹੋ ਨਾ? ਉਹਨੇ ਕਿਸੇ ਮੁੰਡੇ ਨਾਲ ਵਿਆਹ ਕੀਤਾ ਤੇ ਭੱਜ ਗਈ, ਫਿਰ ਉਹਨਾਂ ਵਿੱਚ ਲੜਾਈ ਹੋ ਗਈ ਤੇ ਵਾਪਸ ਆ ਗਈ, ਹੁਣ ਉਹਦਾ ਦੂਜਾ ਵਿਆਹ ਕਰਾਉਣਾ ਚਾਹੁੰਦੇ ਆ। ਤੇਰਾ ਕੰਮ ਤਾਂ ਬਹੁਤ ਵਧੀਆ ਹੈ, ਤੈਨੂੰ ਤਾਂ ਸਾਰਿਆਂ ਬਾਰੇ ਪਤਾ ਚੱਲ ਜਾਂਦਾ ਹੈ। ਕੀ ਵਧੀਆ ਦੀਦੀ, ਉਹ ਤਾਂ ਉਦੋਂ ਜਦੋਂ ਮੈਂ ਉਹਨਾਂ ਦੀ ਕੰਮ ਕਰਦੀ ਹਾਂ, ਤੁਹਾਨੂੰ ਤਾਂ ਬੈਠੇ ਬੈਠੇ ਖਬਰ ਮਿਲ ਜਾਂਦੀ ਹੈ। ਚੁੱਪ। ਅਸਲਾਮ ਵਾਲੇਕੁਮ। ਅੱਜ ਕੱਲ੍ਹ ਫਿਰੋਜ਼ ਚਾਚਾ ਬੜੇ ਕਮਜ਼ੋਰ ਨਜ਼ਰ ਆ ਰਹੇ ਨੇ, ਕੋਈ ਹੈਲਥ ਪ੍ਰੋਬਲਮ ਹੈ ਕੀ? ਐਵੇਂ ਦਾ ਕੁਝ ਨਹੀਂ ਹੈ ਦੀਦੀ, ਉਹ ਤੇ ਸਾਇਰਾ ਮੈਡਮ ਸਾਰਾ ਦਿਨ ਲੜਦੇ ਰਹਿੰਦੇ ਨੇ, ਰੋਜ਼ ਤਕਲੀਫ ਹੈ। ਰੋਜ਼ ਲੜਦੇ ਨੇ? ਹਾਂ। ਕਿਹੜੇ ਟੌਪਿਕ ਤੇ ਲੜਦੇ ਨੇ? ਰੋਜ਼ ਕਿਸੇ ਨਾ ਕਿਸੇ ਗੱਲ ਤੇ ਝਗੜਾ ਹੁੰਦਾ ਹੈ, ਕੱਲ ਭਗਵਾਨ ਨੂੰ ਲੈ ਕੇ ਝਗੜਾ ਹੋਇਆ, ਤੂੰ ਮੇਰੀ ਦੇਖਭਾਲ ਨਹੀਂ ਕਰਦੀ ਚੰਗੀ ਤਰ੍ਹਾਂ, ਕੱਲ ਤਾਂ ਉਹਨਾਂ ਨੂੰ ਕੁੱਟਿਆ। ਉਹਨਾਂ ਦੀ ਜਦੋਂ ਤੱਕ ਲੜਾਈ ਚੱਲ ਰਹੀ ਸੀ ਮੈਂ ਬਾਥਰੂਮ ਸਾਫ ਕਰ ਰਹੀ ਸੀ। ਸਾਇਰਾ, ਭਾਈ ਇੱਕ ਗੱਲ ਦੱਸੋ, ਤੁਸੀਂ ਆਂਡੇ ਕਿੱਥੇ ਕਿੱਥੇ ਪਹੁੰਚਾਉਂਦੇ ਹੋ? ਫਿਰੋਜ਼ ਸਾਹਿਬ ਹੈਗੇ ਨਾ, ਉਹਨਾਂ ਦੀ ਦੁਕਾਨ ਤੇ। ਫਿਰੋਜ਼ ਦੀ ਦੁਕਾਨ ਕਿੱਥੇ ਹੈ?
संभाल के गुड्डू। ओहो तेरी वजह तो सवेरे किन्ना नुकसान हो गया मेरा। तुम भी तेरे कोल मेरा एक अंडा है, जदों तक मैनू लभ नहीं लेंदा ये जगह बंद रहेगी। तू चाहे था टीवी देख सकदा है। तेनू जेकर डर लग रहा है तो एकदम साइलेंट रहना होगा, समझ गया ना? ठीक है साहब। शटर सेट होए, शटर गिराओ है। लबो अरे खोलो यार, जी घबरा रहे हैं। भाई, हाँ? सारे अंडे एको जे लग रहे ने। ओ तेरी तो मैं माफ कर दो भाई, तेरे को 3 दिन दा टाइम है। जेकर अंडा नहीं मिलिया तो तेरा फ्राई कर देंगा, समझ गया ना? हाँ। निकलो। दुकान का ध्यान रखी। हाँ भाई। उठी जाना सी। हेलो पद्मा दीदी। बोल अनुपमा। तुहाडे घर वाले नू रंगी हत्थी फड़न दा टाइम आ गया है। दीदी छेती आओ ना। केहो जी थाए, तू मैनू आ कित्थे ले आई अनुपमा? चलो चलो छेती चलो आओ। कि सच्ची मुच्ची मेरे पति ने ते उन्हां दी बाइक कित्थे? ओ रब्बा, वो अपने दोस्त दे नाल मिलन नहीं आए ने, सानू थोड़ा सावधान रहना होवेगा। उन्हां ने बाइक अग्गे पार्क कीती होवेगी, तुसीं आ जाओ। दीदी इत्थे रुको, हुण तुसीं बस चुपचाप वेखदे जाओ दीदी कि मैं किद्दां उत्ते जांदी आं ते दरवाजा तोड़ देनी आं, फिर तुसीं अंदर आयो। ठीक है? रेडी? हां। की करदा है मनचा? तुसी भी ना। अम्मा दीदी छेती आओ, छेती आओ दीदी। हाय मेरे रब्बा, की
ਉੱਠੋ ਜੀ, ਕੀ ਹੋ ਗਿਆ ਤੁਹਾਨੂੰ? ਉੱਠੋ, ਅਨੁਪਮਾ, ਇਹਨਾਂ ਨੂੰ ਦੌਰਾ ਪੈ ਗਿਆ ਹੈ। ਧੁੱਪ ਚ ਸੁੱਕੇ ਹੋਏ ਚਿਪਸ ਵੀ ਨੀ ਖਾ ਪਾਉਂਗਾ ਮੈਂ। ਸਾਢੇ 8 ਹੋਣ ਦਾ ਸਮਾਂ ਆ ਗਿਆ ਹੁਣ। ਦੀਦੀ, ਦੀਦੀ, ਇਹੋ ਜਿਹੇ ਲੋਕਾਂ ਨੂੰ ਤਾਂ ਸੋਸਾਇਟੀ ਤੋਂ ਬਾਹਰ ਰਹਿਣਾ ਚਾਹੀਦਾ ਹੈ। ਡਾਕਟਰ ਨੇ ਤਾਂ ਕਹਿਤਾ ਸੀ ਇਹਨਾਂ ਦੀ ਮੌਤ ਹੋ ਹੀ ਚੁੱਕੀ ਸੀ। ਪਤਾ ਨਹੀਂ ਮੇਰੇ ਕਿਹੋ ਜਿਹੇ ਜਿੰਦਗੀ ਕਿਉਂਕਿ ਮੇਰੇ ਬਾਪ ਜੀ ਦੀ ਤਾਕਤ ਹੈ ਕੀ ਹੋਵੇ। ਮੇਰੀ ਗਲਤੀ ਸੀ ਜਿਹੜੀ ਮੈਂ ਅਨੁਪਮਾ ਦੀ ਗੱਲ ਚਾਹਦੀ ਹੋਈ ਸੀ। ਉਹ ਨਹੀਂ ਠੀਕ ਹੈ, ਇਹਨੇ ਤਾਂ ਸ਼ੀਲਾ ਨੂੰ ਵੀ ਕਿਹਾ ਸੀ, ਉਹਨੇ ਦੱਸਿਆ ਸੀ। ਗੱਲ ਹੈ। ਹਾਂ, ਨਮਸਤੇ ਸਰ। ਅੱਜ ਦੀ ਮੀਟਿੰਗ ਕਿਉਂ ਰੱਖੀ ਗਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤਾਂ ਟਾਈਮ ਵੇਸਟ ਕੀਤੇ ਬਿਨਾਂ ਮੀਟਿੰਗ ਸ਼ੁਰੂ ਕਰਦੇ ਹਾਂ। ਦੱਸ ਕੀ ਹੋਇਆ? ਮੈਂ ਕੀ ਦੱਸਾਂ ਸਰ, ਤੁਹਾਨੂੰ ਤਾਂ ਸਾਰਾ ਕੁਝ ਪਤਾ ਹੀ ਹੈ। ਇਹਨਾਂ ਦੀ ਫਾਲਤੂ ਦੀ ਹਰਕਤ ਨਾਲ ਅੱਜ ਤਾਂ ਮੇਰੀ ਜਾਨ ਹੀ ਚਲੀ ਜਾਂਦੀ। ਮੇਰੇ ਪਤੀ ਜ਼ਿੰਦਾ ਨੇ ਕਿਉਂਕਿ ਮੇਰੇ ਪਿਆਰ ਵਿੱਚ ਤਾਕਤ ਸੀ। ਉਹਨੂੰ ਸਾਡੇ ਨਿੱਜੀ ਜੀਵਨ ਨਾਲ ਕੀ ਮਤਲਬ ਹੈ ਦੱਸੋ? ਮੇਰੇ ਪਰਿਵਾਰ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਮੇਰੀ ਬੇਟੀ ਤੇ ਉਹਦਾ ਪਤੀ ਅਲੱਗ ਹੋ ਰਿਹਾ। ਅਨੁਪਮਾ ਨੂੰ ਇਹ ਗੱਲ ਕਿਵੇਂ ਪਤਾ ਚੱਲੀ? ਇਹ ਹੈਗੀ ਐਵੇਂ ਦੀ ਹੈ। ਤੁਸੀਂ ਇਹ ਦੱਸੋ, ਤੁਹਾਡੀ ਪਤਨੀ ਨੇ ਪਿਛਲੇ ਗੁਰੂਵਾਰ ਤੁਹਾਡੀ ਪਟਾਈ ਕੀਤੀ ਸੀ ਨਾ, ਕੋਈ ਗੱਲ ਨਹੀਂ, ਸਾਨੂੰ ਦੱਸੋ। ਸਰ, ਉਸ ਬਾਰੇ ਤੁਹਾਨੂੰ ਕਿੱਦਾਂ ਪਤਾ ਚੱਲਿਆ? ਮੈਂ ਅਨੁਪਮਾ ਨੂੰ ਦੁੱਧ ਵਾਲੇ ਨੂੰ ਦੱਸਦੇ ਹੋਏ ਵੇਖਿਆ ਸੀ। ਹਾਂ, ਮੈਨੂੰ ਵੀ ਦੁੱਧ ਵਾਲੇ ਨੇ ਦੱਸਿਆ ਸੀ। ਅਸੀਂ ਕਲਾਸੀ ਦੇ ਪ੍ਰਾਈਵੇਟ ਲੋਕ ਨੇ, ਜਦੋਂ ਇੱਥੇ ਐਵੇਂ ਦੇ ਲੋਕ ਰਹਿਣਗੇ ਅਸੀਂ ਲੋਕ ਸ਼ਾਂਤੀ ਨਾਲ ਰਹਿ ਸਕਦੇ ਹਾਂ। ਤੁਸੀਂ ਜ਼ਿੰਦਾ ਹੋ ਕਿਉਂਕਿ ਮੇਰੇ ਪਿਆਰ। ਤੂੰ ਤੇ ਆਪਦਾ ਮੂੰਹ ਬੰਦ ਹੀ ਰੱਖ ਸ਼ੇਖਰ ਭਾਈ, ਜਾਂ ਤੇ ਇੱਥੇ ਇਹ ਰਹਿਣਗੇ ਜਾਂ ਫਿਰ ਇੱਥੇ ਅਸੀਂ ਸਾਰੇ ਰਵਾਂਗੇ। ਜੋ ਵੀ ਫੈਸਲਾ ਹੋਊਗਾ ਹੁਣੇ ਇਸੇ ਵਕਤ ਹੋਊਗਾ, ਬਸ। ਅਸੀਂ ਚੰਨਾ ਰਾਮ ਨਾਲ ਸਹਿਮਤ ਹਾਂ। ਸੁਣਿਆ ਤੁਸੀਂ, ਕੱਢੋ ਇਹਨੂੰ ਬਾਹਰ ਹੁਣੇ। ਕੋਈ ਇਸ ਗੱਲ ਨਾਲ ਸਹਿਮਤ ਨਹੀਂ ਹੈ। ਇਹਨਾਂ ਨੂੰ ਇੱਥੋਂ ਬਾਹਰ ਕੱਢਣ ਦੇ ਲਈ ਰੱਬ ਸਹਿਮਤ ਨਹੀਂ ਹੈ। ਮਾਸਟਰ, ਜੋ ਤੁਹਾਨੂੰ ਪਤਾ ਲੱਗੂਗਾ ਕਿ ਇਹਨਾਂ ਨੇ ਕੀ ਕੀਤਾ। ਓਏ, ਤੂੰ ਚੁੱਪ ਰਿਹਾ ਪਾਪੀ। ਤੁਹਾਡੇ ਵਿੱਚੋਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਕਦੇ ਪਾਪ ਨਹੀਂ ਕੀਤਾ? ਉਹਨਾਂ ਪਾਪਾਂ ਦੇ ਬਾਰੇ ਭੁੱਲ ਗਏ ਜਿਹੜੇ ਤੁਸੀਂ ਖੁਦ ਮੇਰੇ ਸਾਹਮਣੇ ਕਬੂਲ ਕੀਤੇ ਸਨ। ਸ਼ਮਾ ਕਰਨ ਦਾ ਮਹਾਨ ਗੁਣ ਰੱਬ ਨੇ ਸਾਨੂੰ ਦਿੱਤਾ ਹੈ। ਇਸ ਤੋਂ ਬਿਨਾਂ ਤਾਂ ਇੱਥੇ ਬੈਠੇ ਹਰ ਇੱਕ ਬੰਦੇ ਨੂੰ ਰੱਬ ਨੂੰ ਦੰਡ ਦੇਣਾ ਚਾਹੀਦਾ ਹੈ। ਪਰ ਪਰਮਾਤਮਾ ਕਦੇ ਵੀ ਇੱਦਾਂ ਨਹੀਂ ਕਰਦਾ, ਉਹ ਮਾਫ਼ ਕਰਨ ਵਾਲਾ ਹੈ। ਤਾਂ ਰੱਬ ਦੇ ਬਣਾਏ ਹੋਏ ਇਸ ਢਾਂਚੇ ਉੱਤੇ ਸਵਾਲ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ? ਜੇ ਤੁਸੀਂ ਕੀਤੇ ਹੋਏ ਪਾਪ ਮੈਂ 10 ਕਿਸਮ ਦੀ ਪੋਲ ਖੋਲ ਦਿੱਤਾ, ਕਰਾਂ ਕਿ ਇੱਦਾਂ ਦੇਖੋ, ਆਪਾਂ ਸਾਰੇ ਫਾਦਰ ਡੈਨੀਅਲ ਦੀ ਗੱਲਾਂ ਦਾ ਸਨਮਾਨ ਕਰਦੇ ਹਾਂ। ਉਹਨਾਂ ਨੇ ਆਪਾਂ ਨੂੰ ਮਿਸਿਜ ਅਨੁਪਮਾ ਨੂੰ ਮਾਫ਼ ਕਰਨ ਲਈ ਕਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਚੇਤਾਵਨੀ ਦੇ ਕੇ ਉਹਨਾਂ ਨੂੰ ਮਾਫ਼ ਕਰ ਦਿੰਦੇ ਹਾਂ। ਕੀ ਕਹਿੰਦੇ ਹੋ ਤੁਸੀਂ? ਤੁਸੀਂ ਠੀਕ ਕਹਿ ਰਹੇ ਹੋ। ਪਦਮਾ, ਚਲੋ ਇੱਥੋਂ। ਹਾਂ, ਚਲੋ। ਹੁਣ ਤੂੰ ਇਸ ਤਰ੍ਹਾਂ ਚੁੱਪ ਕਿਉਂ ਖੜੀ ਹੈ? ਸਾਰਿਆਂ ਦੇ ਸਾਹਮਣੇ ਮੈਨੂੰ ਸ਼ਰਮਿੰਦਾ ਕਰ ਦਿੱਤਾ। ਆਈ ਐਮ ਸੌਰੀ ਨਾ। ਗੱਲ ਹੀ ਨਾ ਕਰ। ਕਿਉਂ ਕਿਸੇ ਦੇ ਘਰ ਵਿੱਚ ਝਾਕੀਆਂ ਮਾਰਦੀ ਹੈ? ਕਿੰਨੀ ਵਾਰ ਕਿਹਾ, ਦਿਮਾਗ 'ਚ ਗੱਲ ਵੜਦੀ ਕਿਉਂ ਨਹੀਂ? ਹਮੇਸ਼ਾ ਦੂਜਿਆਂ ਦੇ ਬਾਰੇ ਚੁਗਲੀਆਂ ਕਰਨ ਦਾ ਮੌਕਾ ਲੱਭਦੀ ਰਹਿੰਦੀ ਹੈ। ਤੇਰੇ ਕੋਲ ਹੋਰ ਕੋਈ ਕੰਮ ਨਹੀਂ ਹੈਗੇ? ਪੂਰੇ ਦਿਨ 'ਚ ਇੱਕ ਲੰਚ ਬਾਕਸ ਪੈਕ ਕਰਨਾ ਹੁੰਦਾ, ਉਹ ਵੀ ਢੰਗ ਨਾਲ ਨਹੀਂ ਹੁੰਦਾ ਤੇਰੇ ਤੋਂ। ਬੱਚੇ ਦੀ ਤਰ੍ਹਾਂ ਕੰਮ ਕਰਦੀ ਹੈ ਤੂੰ। ਸਬਜ਼ੀ ਦਾ ਤੇਲ ਤੇ ਮਸਾਲਾ ਬਾਹਰ ਆ ਜਾਂਦਾ। ਤੇਰੇ ਕੋਲ ਆਪਦਾ ਪਤੀ ਹੈ, ਆਪਦਾ ਬੇਟਾ ਹੈ, ਉਹਨਾਂ ਦਾ ਧਿਆਨ ਰੱਖ। ਦੂਜਿਆਂ ਦੇ ਘਰ ਵਿੱਚ ਕਿਉਂ ਵੇਖਦੀ ਹੈ ਤੂੰ? ਖਾਮ ਖਾ ਸ਼ਰਮਿੰਦਾ ਕਰਦੀ ਹੈ। ਅੱਜ ਤੋਂ ਬਾਅਦ ਸੁਸਾਇਟੀ ਵਾਲਿਆਂ ਨੇ ਕਿਤੇ ਤੇਰੀ ਸ਼ਿਕਾਇਤ ਕਰਤੀ ਨਾ, ਮੈਂ ਤੇਰੇ ਪੇਕੇ ਛੱਡ ਕੇ ਆਊਂਗਾ। ਮੈਂ ਸੁਣੋ, ਖਾਣਾ ਖਾ ਲਓ ਫਿਰ ਸੋ ਜਿਓ। ਹਾਏ ਕਰਨ। ਹਾਏ ਪਿੰਕੀ। ਬਾਏ ਆਂਟੀ। ਬਾਏ ਆਂਟੀ। ਬਾਏ। ਦੀਦੀ, ਦੀਦੀ, ਦੀਦੀ ਖੜ ਜਾਓ। ਕੱਲ ਮੀਟਿੰਗ ਵਿੱਚ ਕੀ ਹੋਇਆ? ਓ, ਵਾਚਮੈਨ ਨੇ ਮੈਨੂੰ ਦੱਸਿਆ। ਤੂੰ ਚਿੰਨਾ ਰਾਓ ਨੂੰ ਜਾਣਦੀ ਹੈ ਨਾ? ਹਾਂ। ਮੈਂ ਉਹਦੇ ਸੀਕ੍ਰੇਟ ਅਫੇਅਰ ਨੂੰ ਰੰਗੀ ਹੱਥੀ ਫੜਨ ਬਾਰੇ ਸੋਚਿਆ ਸੀ, ਪਰ ਪਾਸਾ ਤੇ ਉਲਟਾ ਹੀ ਪੈ ਗਿਆ। ਇੰਨਾ ਹੀ ਨਹੀਂ, ਸਾਰਿਆਂ ਨੂੰ ਮੌਕਾ ਮਿਲ ਗਿਆ ਮੇਰੇ ਉੱਤੇ ਵਾਰ ਕਰਨ ਲਈ।
ਸਾਰਿਆਂ ਨੇ ਮੈਨੂੰ ਝੂਠਾ ਸਾਬਿਤ ਕਰ ਦਿੱਤਾ। ਬਹੁਤ ਹੀ ਬੁਰਾ ਹੋਇਆ ਦੀਦੀ। ਮੈਨੂੰ ਉਹਦੀ ਪਰਵਾਹ ਨਹੀਂ ਹੈ, ਪਰ ਮੇਰੇ ਹਸਬੈਂਡ ਮੇਰੇ ਨਾਲ ਨਾਰਾਜ਼ ਹੋ ਗਏ। ਨਾਰਾਜ਼ ਹੋ ਕੇ ਕੁਝ ਖਾਏ ਬਿਨਾਂ ਹੀ ਆਫਿਸ ਚਲੇ ਗਏ। ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ, ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਤੁਹਾਨੂੰ ਇਸ ਸਭ ਦੀ ਆਦਤ ਹੈ ਨਾ? ਸੋਰੀ ਸੋਰੀ, ਚਲੋ ਚਲੋ ਚੱਲਦੇ ਹਾਂ। ਮੈਂ ਤਾਂ ਸੱਚੀ ਡਰ ਗਈ ਸੀ ਕਿ ਇਹ ਸਾਰੇ ਲੋਕ ਮੈਨੂੰ ਇੱਥੋਂ ਕੱਢ ਨਾ ਦੇਣ, ਪਰ ਫਾਦਰ ਡੈਨੀਅਲ ਨੇ ਮੈਨੂੰ ਬਚਾ ਲਿਆ। ਉਹ ਆਪਣੇ ਫਾਦਰ? ਉਹ ਹਾਂ, ਉਹ ਕਦੀ ਕਦੀ ਸਾਡੀ ਬਸਤੀ ਵਿੱਚ ਵੀ ਆਉਂਦੇ ਨੇ। ਕਾਹਦੇ ਲਈ? ਉਹ ਹਮੇਸ਼ਾ ਈਸ਼ਵਰ ਦੇ ਬਾਰੇ ਵਿੱਚ ਕੁਝ ਨਾ ਕੁਝ ਗਿਆਨ ਦਿੰਦੇ। ਕੱਲ ਰਾਤ ਵੀ ਉਹਨਾਂ ਨੇ ਇਦਾਂ ਹੀ ਕੀਤਾ। ਮੈਂ ਪਰੇਸ਼ਾਨ ਸੀ ਇਸ ਲਈ ਕੁਝ ਸਮਝ ਨਹੀਂ ਪਾਈ। ਫਿਰੋਜ਼ ਸਾਹਿਬ ਦੀ ਪਤਨੀ ਸਾਇਰਾ ਮੈਡਮ ਰੋਜ਼ ਉਹਨਾਂ ਦਾ ਗਿਆਨ ਸੁਣਨ ਆਉਂਦੀ ਹੈ, ਪਰ ਫਿਰੋਜ਼ ਸਾਹਿਬ ਉਹਨਾਂ ਨੂੰ ਇਹ ਕਰਨ ਤੋਂ ਮਨਾ ਕਰਦੇ ਨੇ। ਕਿਉਂ? ਹਾਲੇਲੂਯਾ 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 ਹਾਲੇਲੂਯਾ। ਅਸੀਂ ਸਾਰੇ ਚਾਹੁੰਦੇ ਹਾਂ ਕਿ ਰੱਬ ਧਰਤੀ ਉੱਤੇ ਦੁਬਾਰੇ ਆਵੇ। ਐਦਾਂ ਹੁਣ ਵਿੱਚ ਹੁਣ ਬਹੁਤਾ ਟਾਈਮ ਨਹੀਂ ਗਾ। ਪਰਮਾਤਮਾ ਆ ਰਹੇ ਨੇ, ਪਰਮਾਤਮਾ ਦੇ ਪ੍ਰਕਾਸ਼ ਹੋਣ ਦਾ ਹੁਣ ਦਿਨ ਬਹੁਤ ਹੀ ਨੇੜੇ ਹੈ। ਆਪਣੇ ਪਾਪਾਂ ਦਾ ਭੁਗਤਾਨ ਕਰਨਾ ਹੀ ਰੱਬ ਤੱਕ ਪਹੁੰਚਣ ਦਾ ਇੱਕ ਮਾਤਰ ਤਰੀਕਾ ਹੈ। ਇਹਦੇ ਵਿੱਚ ਹੁਣ ਦੇਰੀ ਨਾ ਕਰੋ, ਸਾਡੇ ਕੋਲ ਬਹੁਤਾ ਟਾਈਮ ਹੈ ਨਹੀਂ ਗਾ। ਚਲੋ ਹੁਣੇ ਇਸ ਵਕਤ। ਕੌਣ ਹੈ ਜਿਹੜਾ ਆਪਣੇ ਪਾਪਾਂ ਨੂੰ ਧੋਣ ਦੇ ਲਈ ਤਿਆਰ ਹੈ? ਕੌਣ ਹੈ, ਕੌਣ ਤਿਆਰ ਹੈ? ਮੈਂ। ਸਾਡੇ ਸਾਰਿਆਂ ਦੇ ਵਿੱਚ ਇੱਕ ਪਾਪੀ ਹੈ, ਬੋਲ। ਮੈਂ ਆਪਣੇ ਹਸਬੈਂਡ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਕੀ ਈਸ਼ਵਰ ਮੈਨੂੰ ਕਦੀ ਮਾਫ਼ ਕਰਨਗੇ? ਯਿਸੂ ਨੂੰ ਸ਼ੁਰੂ ਤੋਂ ਹੀ ਮੇਮਣਿਆਂ ਨਾਲ ਬਹੁਤ ਪਿਆਰ ਸੀ। ਉਹਨਾਂ ਕੋਲੇ 100 ਮੇਮਣੇ ਸਨ। ਪ੍ਰਭੂ ਉਹਨਾਂ ਸਾਰਿਆਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੇ ਸਨ। ਉਹਨਾਂ ਸਾਰੇ ਮੇਮਣਿਆਂ ਵਿੱਚੋਂ ਇੱਕ ਮੇਮਣਾ ਦੂਜਿਆਂ ਨਾਲੋਂ ਛੇਤੀ ਘਰ ਜਾਣਾ ਚਾਹੁੰਦਾ ਸੀ। ਇਸੇ ਲਈ ਉਹਨੇ ਸ਼ਾਰਟਕੱਟ ਅਪਣਾਇਆ ਤੇ ਜੰਗਲ ਵਿੱਚ ਗੁੰਮ ਹੋ ਗਿਆ। ਚਾਰੋਂ ਪਾਸੇ ਘੁੱਪ ਹਨੇਰਾ ਸੀ। ਉਹ ਡਰ ਦੇ ਮਾਰੇ ਜੰਮ ਗਿਆ, ਇੱਕ ਪੈਰ ਵੀ ਅੱਗੇ ਨਹੀਂ ਵਧਾ ਪਾਇਆ। ਜਦ ਯਿਸੂ ਨੂੰ ਇਹ ਗੱਲ ਪਤਾ ਚੱਲੀ ਤਾਂ ਉਹਨਾਂ ਨੇ 99 ਮੇਮਣਿਆਂ ਨੂੰ ਪਿੱਛੇ ਛੱਡ ਕੇ ਇੱਕ ਦੀ ਤਲਾਸ਼ ਵਿੱਚ ਉਹ ਅੱਗੇ ਵਧੇ ਤੇ ਜੰਗਲ ਵਿੱਚ ਜਾ ਕੇ ਉਸ ਨੂੰ ਲੱਭ ਕੇ ਗਲੇ ਨਾਲ ਲਾ ਕੇ ਤੇ ਉਹਨੂੰ ਪਿੰਡ ਵਿੱਚ ਵਾਪਸ ਲੈ ਕੇ ਆ ਗਏ। ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਆਪਾਂ ਵੀ ਗਲਤੀਆਂ ਕਰਦੇ ਹਾਂ, ਕਈ ਵਾਰ ਹਨੇਰੇ ਵਿੱਚ ਖੋ ਵੀ ਜਾਂਦੇ ਹਾਂ। ਰੱਬ ਨੇ ਉਹਨਾਂ ਨੂੰ ਵੀ ਹੱਥ ਲਾਇਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸਨ, ਤੇ ਉਹ ਉਹਨਾਂ ਨੂੰ ਆਪਣੇ ਨੇੜੇ ਲੈ ਆਏ ਤੇ ਉਹਨਾਂ ਨੂੰ ਗੱਲ ਨਾਲ ਲਾ ਲਿਆ। ਪ੍ਰਭੂ ਨੇ ਉਹਨਾਂ ਨੂੰ ਪਿਆਰ ਦਿੱਤਾ। ਇਸ ਮੇਮਣੇ ਨੇ ਵੀ ਇੱਕ ਵਾਰ ਪਾਪ ਕੀਤਾ, ਪਰ ਹੁਣ ਹੋਰ ਨਹੀਂ। ਸਾਰੇ ਪਾਪ ਧੁਲ ਗਏ, ਪ੍ਰਭੂ ਨੇ ਇਹਨੂੰ ਮਾਫ ਕਰ ਦਿੱਤਾ। ਯਿਸੂ ਆਮੀਨ ਆਮੀਨ। ਮੋਹਨ, ਸੋਰੀ ਮੋਹਨ, ਮੈਂ ਤੁਹਾਡੇ ਲੰਚ ਬਾਕਸ ਵਿੱਚ ਲੰਚ ਪਾਉਣਾ ਨਹੀਂ ਭੁੱਲਾਂਗੀ ਤੇ ਵਰੁਣ ਨੂੰ ਟਾਈਮ ਨਾਲ ਸਕੂਲ ਲਈ ਤਿਆਰ ਕਰਾਂਗੀ। ਮੈਂ ਖਿੜਕੀ ਵੀ ਨਹੀਂ ਖੋਲਾਂਗੀ। ਮੈਂ ਇੱਕ ਮੇਮਣਾ ਸੀ ਜੋ ਜੰਗਲ ਵਿੱਚ ਗੁਆਚ ਗਈ ਸੀ ਮੋਹਨ, ਹਨੇਰੇ ਵਿੱਚ ਰਾਹ ਭਟਕ ਗਈ ਸੀ ਮੈਂ, ਪਰ ਪ੍ਰਭੂ ਮੇਰੇ ਲਈ ਆਏ। ਉਹਨਾਂ ਨੇ 99 ਮੇਮਣਿਆਂ ਨੂੰ ਪਿੱਛੇ ਛੱਡ ਕੇ ਉਹਨਾਂ ਨੇ ਮੇਰੇ ਪਾਪ ਧੋ ਦਿੱਤੇ, ਸਾਰੇ ਪਾਪ ਧੋ ਦਿੱਤੇ। ਵੇਖੋ ਮੈਨੂੰ, ਮੈਂ ਬਦਲ ਗਈ ਹਾਂ, ਤੁਹਾਨੂੰ ਨਹੀਂ ਲੱਗਦਾ? ਮੇਰੇ ਉੱਤੇ ਵਿਸ਼ਵਾਸ ਕਰੋ ਮੋਹਨ। ਥੈਂਕ ਗੋਡ ਤੁਸੀਂ ਹੱਸੇ। ਤੁਹਾਨੂੰ ਬਿਨਾਂ ਕੁਝ ਖਾਧੇ ਆਫਿਸ ਜਾਂਦਿਆਂ ਮੈਂ ਬਹੁਤ ਰੋਈ।
पूरा दिन मेरा भी कुछ खान का मन नहीं किया। अच्छा? पर हाँ, पर हुण थोड़ी भूख लगी सी ते खा लिया। चलो कट्ठे खाना खांदे आ, तुहाडियां फेवरेट डिशेस बनाईयां ने। ਤੈਨੂੰ ਕਿਹਾ ਸੀ ਨਾ, ਕਿਉਂ ਗਈ ਉੱਥੇ? ਤਾਂ ਕੀ ਹੋਇਆ? ਤੇਰੀ ਹਿੰਮਤ ਕਿਵੇਂ ਹੋ ਗਈ ਮੇਰੇ ਨਾਲ ਜ਼ੁਬਾਨ ਲੜਾਉਣ ਦੀ? ਮੈਂ ਬੱਚੇ ਦੇ ਲਈ ਕੁਝ ਵੀ ਕਰ ਸਕਦੀ ਹਾਂ। ਤੂੰ ਐਵੇਂ ਗੱਲ ਕਰ ਲਈ ਹੈ ਜਿਵੇਂ ਮੇਰੀ ਗਲਤੀ ਹੈ। ਵਜ੍ਹਾ ਤੂੰ ਹੈ, ਸਮਝੀ ਤੂੰ? ਉੱਪਰ ਵਾਲਾ ਤੇਰਾ ਮਤਲਬ ਮੇਰੀ ਗਲਤੀ ਹੈ? ਤੈਨੂੰ ਬੱਚੇ ਨਹੀਂ ਹੋ ਸਕਦੇ, ਤੇਰੀ ਭੈਣ ਨੂੰ ਬੱਚੇ ਨਹੀਂ ਹੋ ਸਕਦੇ, ਤੁਹਾਡੇ ਖਾਨਦਾਨ 'ਚ ਬਿਮਾਰੀ ਹੈ। ਮੇਰੇ ਖਾਨਦਾਨ 'ਤੇ ਉਂਗਲੀ ਨਾ ਉਠਾਓ। ਤੇਰੇ ਨਾਲ ਤਾਂ ਗੱਲ ਹੀ ਕਰਨਾ ਬੇਕਾਰ ਹੈ, ਮੈਂ ਤੇਰੇ ਮੂੰਹ ਨਹੀਂ ਲੱਗਣਾ। ਮੇਰੀ ਇੱਜ਼ਤ ਪੂਰੀ ਖਾਕ 'ਚ ਮਿਲਾਤੀ ਤੂੰ। ਮੈਨੂੰ ਤਾਂ ਸ਼ਰਮ ਆਉਂਦੀ ਤੈਨੂੰ ਆਪਦੀ ਬੀਬੀ ਕਹਿਣ ਲੱਗਿਆ। ਅੱਜ ਤੋਂ ਬਾਅਦ ਇਹੋ ਜਿਹੀ ਹਰਕਤ ਕੀਤੀ ਨਾ, ਮਾਰ ਦੂੰਗਾ ਤੈਨੂੰ। ਇੱਥੇ ਰਹਿਣ ਤੋਂ ਚੰਗਾ ਤਾਂ ਮੈਂ ਮਰ ਹੀ ਜਾਵਾਂ। ਮੇਰੇ ਮੂੰਹ ਲੱਗਦੀ ਹੈ, ਮੇਰੇ ਮੂੰਹ ਲੱਗਦੀ ਹੈ ਤੂੰ, ਤੈਨੂੰ ਤਾਂ ਮੈਂ ਜਾਨ ਤੋਂ ਮਾਰ ਦੂੰਗਾ, ਸਮਝੀ? ਮਾਰ ਦੋ ਮੈਨੂੰ, ਮੇਰੀ ਗਲਤੀ ਹੈ ਨਾ, ਮਾਰ ਦੋ। ਗਲਤੀ ਮੇਰੀ ਨਹੀਂ ਹੈ, ਗਲਤੀ ਸਾਰੀ ਤੇਰੀ ਹੈ। ਵਿਆਹ ਕਰ ਲਿਆ ਤਾਂ ਬਰਦਾਸ਼ਤ ਕਰ ਰਿਹਾ, ਨਹੀਂ ਤਾਂ ਇੱਥੋਂ ਕੱਢ ਦਿੱਤਾ ਹੁੰਦਾ ਤੈਨੂੰ। ਤਾਂ ਕਿਉਂ ਰਹਿ ਰਹੇ ਹੋ ਮੇਰੇ ਨਾਲ? ਤੂੰ ਫਿਰ ਬਕਵਾਸ ਕਰ ਰਹੀ ਹੈ, ਸਮਝ ਆ ਰਿਹਾ ਤੈਨੂੰ? ਆਪਦੇ ਪਤੀ ਦੀ ਇੱਜ਼ਤ ਕਿਵੇਂ ਕਰਦੇ ਆ? ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ? ਤੇਰੀ ਮਾਂ ਨੂੰ ਵੇਚ ਨਾ ਲਿਆ। ਤੁਸੀਂ ਮੈਨੂੰ ਕਿਉਂ ਸੱਦਿਆ ਦੀਦੀ? ਕੀ ਹੋਇਆ, ਇੰਨੀ ਉਦਾਸ ਕਿਉਂ? ਤੁਸੀਂ ਫਿਰ ਕੁਝ ਵੇਖਿਆ ਹੈ ਕਿ ਦੀਦੀ? ਫਿਰੋਜ਼ ਨੇ ਆਪਣੀ ਘਰਵਾਲੀ ਦੇ ਨਾਲ ਇਹੋ ਜਿਹਾ ਕੁਝ ਕੀਤਾ? ਦੀਦੀ ਮੈਂ ਹੁਣੇ ਹੀ ਕੰਮ ਛੱਡ ਰਹੀ ਹਾਂ, ਬਾਏ। ਉਹ ਰੁਕ ਜਾਣਾ, ਤੇ ਹੋਰ ਮੈਂ ਕੀ ਕਰਾਂ? ਮੈਂ ਸੱਚ ਕਹਿ ਰਹੀ ਹਾਂ, ਤੂੰ ਕਿਹਾ ਸੀ ਨਾ ਫਿਰੋਜ਼ ਆਪਣੀ ਘਰਵਾਲੀ ਨੂੰ ਮਾਰਦਾ ਹੈ। ਮੇਰਾ ਪਤੀ ਵੀ ਮੈਨੂੰ ਮਾਰਦਾ ਹੈ, ਜਦੋਂ ਕੋਈ ਨਹੀਂ ਵੇਖਦਾ ਤਾਂ ਮੈਂ ਵੀ ਮਾਰਦੀ ਹਾਂ, ਤਾਂ ਕੀ ਹੋਇਆ? ਇਹ ਤੂੰ ਮੈਨੂੰ ਇਹ ਪਹਿਲਾਂ ਕਿਉਂ ਨਹੀਂ ਦੱਸਿਆ? ਠੀਕ ਹੈ, ਉਹ ਸਭ ਕੁਝ ਭੁੱਲ ਜਾ। ਮੈਂ ਕੱਲ੍ਹ ਰਾਤ ਨੂੰ ਉਹਨਾਂ ਦੋਵਾਂ ਨੂੰ ਲੜਦੇ ਹੋਏ ਵੇਖ ਲਿਆ, ਤੇ ਅੱਜ ਸਵੇਰੇ ਫਿਰੋਜ਼ ਘਰ ਨੂੰ ਤਾਲਾ ਲਾ ਕੇ ਕਿਤੇ ਚਲੇ ਗਿਆ। ਉਹਦੀ ਘਰਵਾਲੀ ਦਾ ਕੀ ਹੋਇਆ? ਤੇ ਨਾਲੇ ਇਸ ਟਾਈਮ 'ਤੇ ਉਹ ਹਮੇਸ਼ਾ ਆਪਣੀ ਸ਼ੌਪ 'ਤੇ ਜਾਂਦਾ ਹੈ, ਅੱਜ ਉਹ ਵਾਪਸ ਆ ਗਿਆ ਤੇ ਹੁਣ ਉਹ ਘਰ ਹੀ ਹੈ। ਮੈਨੂੰ ਤਾਂ ਕੁਝ ਗੜਬੜ ਲੱਗ ਰਹੀ ਹੈ। ਉਹ ਸ਼ਾਇਦ ਆਪਣੇ ਪੇਕੇ ਚਲੀ ਗਈ ਹੋਵੇਗੀ, ਤੁਸੀਂ ਬਹੁਤ ਜ਼ਿਆਦਾ ਸੋਚ ਰਹੇ ਹੋ। ਵੇਖ ਮੈਂ ਖਾਣੇ ਨੂੰ ਸੁੰਘ ਕੇ ਦੱਸ ਸਕਦੀ ਹਾਂ ਕਿ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਗਏ ਨੇ। ਇਹ ਰੱਬ ਦੀ ਦੇਣ ਹੈ, ਤੇ ਮੇਰੀ ਨੱਕ ਖਰਾਬ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਦੀਦੀ ਬਸ ਕਰੋ, ਨਹੀਂ ਤਾਂ ਇਸ ਵਾਰ ਸਾਹਿਬ ਬਹੁਤ ਗੁੱਸੇ ਹੋਣਗੇ। ਉਹਨਾਂ ਨੂੰ ਪਤਾ ਨਹੀਂ ਲੱਗੇਗਾ, ਬਸ ਤੂੰ ਮੇਰੀ ਮਦਦ ਕਰ ਦੇ। ਬਸ ਕੀ ਕਰਨਾ ਹੋਏਗਾ? ਫਿਰੋਜ਼ ਦੇ ਫਲੈਟ 'ਤੇ ਤੂੰ ਜਾ ਕੇ ਕੰਮ ਕਰ, ਅਤੇ ਉਹਦੇ ਘਰ ਦੀ ਹਰ ਇੱਕ ਚੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰ, ਕੁਛ ਨਾ ਕੁਛ ਮਿਲ ਜਾਵੇਗਾ, ਠੀਕ ਹੈ? ਮੇਰਾ ਪਤੀ ਤੁਹਾਡੇ ਤੋਂ ਬਿਹਤਰ ਹੈ, ਹਰ ਵਾਰ ਉਹ ਸ਼ਰਾਬ ਨਾ ਪੀਣ ਦਾ ਵਾਅਦਾ ਕਰਦਾ ਹੈ, ਤੇ ਉਹ ਵਾਅਦਾ ਹਰ ਹਫ਼ਤੇ ਤੋੜ ਦਿੰਦਾ ਹੈ, ਤੁਸੀਂ ਇੱਕ ਹਫ਼ਤੇ ਵਿੱਚ ਹੀ ਤੋੜਦਾ? ਸ਼ਿਲਪਾ, ਸ਼ਿਲਪਾ ਪਲੀਜ਼ ਆਖਰੀ ਵਾਰੀ ਮੇਰੀ ਗੱਲ ਮੰਨ ਲੈਣਾ, ਪਲੀਜ਼ ਜਾਣਾ, ਪਲੀਜ਼ ਜਾਣਾ। ਨਹੀਂ ਦੀਦੀ ਮੈਂ ਨਹੀਂ ਜਾ ਸਕਦੀ, ਦੀਦੀ ਸਮਝੋ ਨਾ, ਮੈਂ ਨਹੀਂ ਜਾ ਸਕਦੀ। ਇਹ ਦੁਕਾਨ ਬੰਦ ਕਿਉਂ ਹੈ ਛੋਟੇ? ਮੈਨੂੰ ਕੀ ਪਤਾ, ਇਹ ਫਿਰੋਜ਼ ਭਾਈ ਦੀ ਦੁਕਾਨ ਹੈ, ਇਹਨੂੰ ਬੰਦ ਰੱਖੇ ਜਾਂ ਖੁੱਲ੍ਹਾ ਰੱਖੇ ਉਹਨਾਂ ਦੀ ਮਰਜ਼ੀ। ਜ਼ਿਆਦਾ ਹੁਸ਼ਿਆਰ ਨਾ ਬਣ, ਸਮਝ ਗਿਆ? ਇਹ ਕਾਂਡੇ ਨੂੰ ਲੱਭ ਰਿਹਾ ਸੀ, ਤੈਨੂੰ ਪਤਾ ਹੈ ਨਾ? ਅੰਡਾ? ਮੈਨੂੰ ਕੁਝ ਨਹੀਂ ਪਤਾ। ਮੈਨੂੰ ਤੇਰੇ 'ਤੇ ਪਹਿਲਾਂ ਤੋਂ ਹੀ ਸ਼ੱਕ ਸੀ। ਚੱਲ ਦੱਸ, ਫਿਰੋਜ਼ ਭਾਈ ਉਹਨੂੰ ਆਪਣੇ ਘਰ ਲੈ ਗਏ ਨੇ, ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ। ਉਹਦਾ ਘਰ ਕਿੱਥੇ ਹੈ? ਕਿੱਥੇ ਉਹਦਾ ਘਰ? ਅੰਦਰ ਆ ਜਾ। ਹੁਣ ਦੱਸ ਕੀ ਹੋਇਆ? ਜਿਵੇਂ ਤੁਸੀਂ ਸੋਚਿਆ ਸੀ ਉਵੇਂ ਦਾ ਕੁਝ ਵੀ ਨਹੀਂ ਸੀ, ਸਭ ਬਿਲਕੁਲ ਨੋਰਮਲ ਸੀ। ਮੈਡਮ ਆਪਦੇ ਪੇਕੇ ਗਏ ਹੋਏ ਨੇ। ਇਹ ਗੱਲ ਹੈ, ਇਹਦੇ ਉੱਤੇ ਉਹਨਾਂ ਦੀ ਫਲੈਟ ਦੀ ਚਾਬੀ ਦੇ ਪ੍ਰਿੰਟ ਲਿਆ ਕੇ ਦੇ।
एक ही कह रहे हो दीदी, जे मैं फड़ी गई तो फिर नहीं 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 मैं नहीं करांगी। शिल्पा तू जो क्या जे वो सच है तो फिर चिंता की कोई गल नहीं, पर जे मेरा शक सही साबित होया तो आप फेमस हो जावांगे, तो जिन्ना लोगों ने मैनू दोषी ठहराया वो मेरी तारीफ करनगे। दीदी प्लीज 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 शिल्पा, आखिरी बार मैं तेरे लिए गाजर का हलवा बनावांगी। जा 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 छेती। थैंक यू सो मच। मैनू लगता आप बहुत बड़ी गलती कर रहे हैं दीदी, तुसी एक बार फिर तो सोच लो ना। तो बिल्कुल भी डर ना, मैं संभाल लवांगी। भाई मैनु अंडा मिल गया। इस वेले किथे है? वीर नगर गोलमोर अपार्टमेंट, एक घंटे च पहुंच जाऊंगा। जल्दी आ। Ah!
सुनाई दे रहा है ना। गायत्री ने फोन किया था, डिश टीवी काम नहीं कर रहा है, इसलिए मैं उन्हें चेक करने जा रहा। एक काम कर, फिश कड़ी गर्म कर, मैं 5 मिनट में उधर पहुंच दा, ठीक है? हाँ फुल ना, वो मैं लेके आ रहा। ए सोसाइटी का डिश टीवी ना हमेशा खराब ही होता रहता है। अनुपमा ये आवाज किवें दी सी? तेनू इना पसीना क्यों आ रहा है? कुछ नहीं, ओ बस मैं बस वॉक तो आ रही हूं। ओ तू अपने कुकिंग वीडियोस दे लई स्लिम होना चाहती है ना? बढ़िया है, कल मेनू भी बुला ली, मैं भी स्लिम होना चाहती हूं, मैं भी आऊंगी। अनु हाँ? तेरा हाथ किवें कट गया? कुछ नहीं, ओ बस रसोई च काम करदे टाइम एहो जी चीजा इग्नोर ना करया कर। चल आ, मैं तेनू दवाई ला दिनी आ। चल मैं ठीक हां। चल मैं ठीक हां, कुछ नहीं होया, मैं ठीक हां। चल अनु, दीदी कोई गल नहीं है। अनु अब हां, पिछले कमेटी हॉल दी मीटिंग दे टाइम मैं बाहर गई हुई सी, तेरे बारे विच जड़ियां गल्लां होईयां मैं सुनियां ते मैनू बहुत ही बुरा लग्या, पर मैनू पता है तू बिल्कुल उवें दी नहीं है। की होया अनु? कुछ नहीं, ओ गैस बंद करना भूल गई सी, ते वरुण भी कर रहा ना ते हां ठीक है, थैंक यू, चल बाय। ओ आज ही मैंने लेटर मिलिया कि मेरा प्रमोशन हो गया। ओ अच्छा, ओके ओके जी, बहुत बहुत बधाई। थैंक यू थैंक यू। पार्टी क्यों सानू? जी जी बिल्कुल, कभी भी आओ। अनु 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 की कर रही थी तू? कुछ नहीं, बस नवा स्वेटर ट्राई कर रही सी। छेती नाल खाना ला, भूख लगी है। हाँ ते पागलां दा देश है,
कोई ट्रैफिक रूल फॉलो नहीं करता। अनु हाँ की कर रही है? आ रही हूँ। इत्थे आ छेती। तू देर नाल क्यों उठी? रात चंगी तरह सोई नहीं सी तू? पता चलिया है कल बी ब्लॉक दे विच किसी दा मर्डर होया है। तू फिरोज नू जानदी है? ओनू मारता किसी ने, पुलिस आई है। वो साडे तो भी जांच पड़ताल करन लई गल कर सकदी है। मैं सैर करन लई जा रहा, कुछ होवे तो मैनू दस दई। अनु अनु हाँ तेनू कुछ चाहिदा है? वॉचमैन जी साहब, एक ही दी बाइक है? मैनू नहीं पता साहब। प्रसाद सर, बाइक दा नंबर नोट कर ले। हाँ। एदी सारी डिटेल्स मैनू चाहिदी है। ओके सर। गुड मॉर्निंग जोसेफ सर। गुड मॉर्निंग मैडम। शामी डॉक्टर नाल अपॉइंटमेंट है, पुल लेना। श्योर। ओके। ड्राइव सेफ। हाँ। बाय। तो हनु आराम करना चाहिए मैडम। डिलीवरी के बाद मैंने घर पे ही तो रहना है, तब तक तो मैंने ड्यूटी करन दीजिए। एनीवेज, क्राइम सीन का क्या स्टेटस है? कोल्ड ब्लडेड मर्डर मैडम। अपार्टमेंट के पिछे वाले गेट से सानू एक बाइक के जूते मिले हैं, पता नहीं वो केंदे ने। असी प्रसाद नू बाइक की सारी डिटेल्स कढ़न वास्ते भेजे मैडम। की उस वक्त घर ते कोई नहीं सी? सिर्फ ओही सी मैडम। ओदी घर वाली सायरा पिछले दो दिनों तो शहर विच नहीं है। असी उन्हें इनफॉर्म कर दिता है, वो ऑन द वे है। चलो मैडम आओ। सेकंड फ्लोर? जी मैडम, सेकंड फ्लोर। लिफ्ट नहीं है? नहीं है मैडम। चल दे हैं फिर। तो हड़ले सही होगा ना? मेरे लिए ठीक है जोसेफ सर। ओ आप है ना जो रिटायर होने वाले हैं? वैसे रिटायरमेंट दी पार्टी कब देने वाले हैं? तुसी जदों को मैडम? उस दिन आप एक मिठाई लाए सी ना, की कहंदे हैं उसनू? हाँ, मिल्क केक। मैनू पार्टी में वो जरूर चाहिए। हाँ? तुसी जिवें कहो मैडम। ए फड़ लीजिए, इन टैबलेट्स नू अपने नाल ही रखिएगा। हाँ ठीक है मैडम, क्योंकि मैं तो भूल जाऊंगी।
डीप कट जी मैडम सिर ते बड़ी गहरी चोट लगी है एनी साइंस ऑफ रोबरी नहीं मैडम पता नहीं बहन जी की हो गया पता नहीं किवें हो गया किन्ने मार हाँ वही किन्ने मारा पता ही नहीं मैडम फिरोज दी वाइफ आई आ ਇਹਨਾਂ ਨੂੰ ਪਾਣੀ ਲਾ ਕੇ ਦੋ ਆਪ ਕਬ ਗਈ ਸੀ ਪਰਸੋਂ ਰਾਤ ਨੂੰ ਆਪਦੇ ਪਤੀ ਦੀ ਕਿਸੇ ਨਾਲ ਦੁਸ਼ਮਣੀ ਸੀ ਯਾ ਆਪ ਨੂੰ ਕੀ ਲੱਗਦਾ ਹੈ ਇਹ ਕਿਸਨੇ ਕੀਤਾ ਹੋਏਗਾ ਐਨੀਥਿੰਗ ਆਖਿਰ ਉਹਨਾਂ ਨੂੰ ਭਲਾ ਕੋਈ ਕਿਉਂ ਮਾਰੇਗਾ ਇਨਵੈਸਟੀਗੇਸ਼ਨ ਮੈਂ ਮੈਨੂੰ ਆਪ ਦੀ ਹੈਲਪ ਦੀ ਲੋੜ ਪਊਗੀ ਬਿਹਤਰ ਹੋਏਗਾ ਕਿ ਤਬ ਤੱਕ ਆਪ ਕਿਸੇ ਔਰ ਅਪਾਰਟਮੈਂਟ 'ਚ ਰਹੇ ਕਿ ਯਹਾਂ ਤੁਹਾਡਾ ਕੋਈ ਕਰੀਬੀ ਹੈ ਮੇਰੀ ਦੋਸਤ ਹੈ ਕੁਸੁਮਾ ਸੀ ਬਲੋਕ ਵਿੱਚ ਰਹਿੰਦੀ ਹੈ ਮੈਂ ਉਹਦੇ ਨਾਲ ਰਹਿ ਸਕਦੀ ਹਾਂ ਕੋਈ ਹੋਰ ਜਾਣਕਾਰੀ ਚਾਹੀਏ ਹੋਗੀ ਤਾਂ ਹਮ ਫਿਰ ਆਪਸੇ ਮਿਲਣ ਲਈ ਆਵਾਂਗੇ ਬੀ ਸਟਰੋਂਗ ਕੱਲ੍ਹ ਰਾਤ ਮੈਂ ਕਾਫ਼ੀ ਦੇਰ ਤੱਕ ਪੌੜੀਆਂ 'ਤੇ ਸੀ ਸਾਹਿਬ ਪਰ ਮੈਨੂੰ ਉੱਥੇ ਕੋਈ ਸਸਪੈਕਟ ਨਹੀਂ ਮਿਲਿਆ ਸ਼ਾਇਦ ਮੇਰੇ ਜਾਣ ਤੋਂ ਬਾਅਦ ਜਾਂ ਪਹਿਲਾਂ ਕੋਈ ਆਇਆ ਹੋਵੇਗਾ ਮੈਨੂੰ ਟਾਈਮ ਦੱਸ ਸਕਦੇ ਹੋ ਸਰ ਲਗਭਗ 10 ਜਾਂ 10:30 ਵਜੇ ਹੋਣਗੇ ਅਨੁਪਮਾ ਹਾਂ ਮੈਂ ਸਰ ਨੂੰ ਦੱਸਿਆ ਕਿ ਕੱਲ੍ਹ ਰਾਤ ਨੂੰ ਆਪਾਂ ਉੱਥੇ ਸੀ ਅਤੇ ਤੂੰ ਵੀ ਮੇਰੇ ਨਾਲ ਹੀ ਸੀ ਆ ਨਾ ਦੱਸ ਨਾ ਸਾਹਿਬ ਨੂੰ ਆ ਜਾ ਨਾ ਇਹ ਸਾਡੀ ਸੋਸਾਇਟੀ ਦੀ ਡਿਟੈਕਟਿਵ ਹੈ ਸਰ ਅੱਛਾ ਅਨੁਪਮਾ ਉਸ ਵੇਲੇ ਤੂੰ ਬਾਹਰ ਕੀ ਕਰ ਰਹੀ ਸੀ ਵਾਕਿੰਗ ਸਰ ਤੁਹਾਡੇ ਨਾਲ ਹੋਰ ਕੌਣ ਸੀ ਕੋਈ ਨਹੀਂ ਸੀ ਸਰ ਕੀ ਤੁਸੀਂ ਡੇਲੀ ਵਾਕ ਕਰਦੇ ਹੋ ਕਿਹੜੇ ਬਲੋਕ 'ਚ ਰਹਿੰਦੇ ਹੋ ਤੁਸੀਂ ਸਰ ਉੱਥੇ ਜਦ ਤੁਸੀਂ ਵਾਕ ਕਰ ਰਹੇ ਸੀ ਕੋਈ ਦਿਖਾ ਦਿੱਤਾ ਜਿਹਦੇ 'ਤੇ ਸ਼ੱਕ ਹੋ ਸਕੇ ਨਹੀਂ ਸਰ ਚੰਗੀ ਤਰ੍ਹਾਂ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੋ ਮੈਂ ਕਿਸੇ ਨੂੰ ਨਹੀਂ ਵੇਖਿਆ ਸਰ ਅਨੂ ਤੇਰਾ ਹੱਥ ਕਿਵੇਂ ਹੁਣ ਤੁਹਾਡੇ ਹੱਥ ਨੂੰ ਕੀ ਹੋਇਆ ਖਾਣਾ ਬਣਾਉਂਦੇ ਹੋਏ ਇਹਦਾ ਹੱਥ ਕੱਟ ਗਿਆ ਸੀ ਮੈਂ ਹੀ ਦਵਾਈ ਲਾਈ ਸੀ ਇਹਨੂੰ ਕਾਫੀ ਗਹਿਰਾ ਕੱਟ ਲੱਗਿਆ ਹੈ ਦਰਦ ਹੋ ਰਿਹਾ ਹੋਣਾ ਹਾਂ ਸਰ ਹੇ ਅਨੁਪਮਾ ਤੁਸੀਂ ਉਹੀ ਹੋ ਨਾ ਜੋ ਕੁਕਿੰਗ ਵੀਡੀਓ ਬਣਾਉਂਦੀ ਹੈ ਅਨੁਪਮਾ ਗੁਮਾ ਗੁਮਾ ਮੈਂ ਤੁਹਾਡੀ ਬਹੁਤ ਬੜੀ ਫੈਨ ਹਾਂ ਬਾਏ ਦਾ ਵੇ ਮੈਂ ਪੱਲਵੀ ਇਨਵੈਸਟੀਗੇਸ਼ਨ ਆਫਿਸਰ ਪਿਛਲੇ ਸਪਤਾਹ ਜੋ ਫਿਸ਼ ਫਰਾਈ ਬਣਾਈ ਸੀ ਉਹ ਮੈਂ ਟਰਾਈ ਕਰੀ ਸੀ ਬਹੁਤ ਹੀ ਵਧੀਆ ਬਣੀ ਸੀ ਕ੍ਰੇਵਿੰਗਸ ਕਿਹੜਾ ਮਹੀਨਾ ਹੈ 7ਵਾਂ 2 ਮਹੀਨੇ ਹੋਰ ਪਹਿਲਾਂ ਹੈ ਹਾਂ ਪਹਿਲਾਂ ਹੈ ਥੋੜ੍ਹੀ ਐਕਸਾਈਟਿਡ ਹਾਂ ਲੇਕਿਨ ਥੋੜ੍ਹਾ ਡਰ ਵੀ ਲੱਗ ਰਿਹਾ ਹੈ ਸਭ ਠੀਕ ਹੋ ਜਾਵੇਗਾ ਤੁਸੀਂ ਬਸ ਆਰਾਮ ਕਰੋ ਥੈਂਕ ਯੂ ਚਲੀਏ ਸਰ ਜੀ ਮੈਡਮ ਬਾਏ ਓਏ ਏ ਸੁਣ ਕੱਲ ਰਾਤ ਰੋਜ਼ ਸਾਹਿਬ ਦੀ ਕਿਸੇ ਨੇ ਹੱਤਿਆ ਕਰਤੀ ਆਹੋ ਕਿਵੇਂ ਮੈਂ ਉਹਦੇ ਤੇ ਹਲਕਾ ਜਿਹਾ ਵਾਰ ਕੀਤਾ ਸੀ ਤੇ ਉਹ ਮਰ ਗਿਆ ਇੰਨੀ ਆਸਾਨੀ ਨਾਲ ਕਿਵੇਂ ਮਰ ਗਿਆ ਮੈਂ ਉਹਨੂੰ ਨਹੀਂ ਮਾਰਿਆ ਬਸ ਉਹ ਬਸ ਐਵੇਂ ਮਾਰ ਦਿੱਤਾ ਇਹ ਤੁਸੀਂ ਕੀ ਕਰਤਾ ਦੀਦੀ ਨਹੀਂ ਮੈਂ ਉਹਨੂੰ ਨਹੀਂ ਮਾਰਿਆ ਮੈਂ ਬਸ ਉਹਦੇ ਤੇ ਫੋਗ ਨਾਲ ਹਲਕਾ ਜਿਹਾ ਵਾਰ ਕੀਤਾ ਇਹਦਾ ਮਤਲਬ ਉਸ ਫਲੈਟ ਵਿੱਚ 2 ਲਾਸ਼ਾਂ ਨੇ ਰੌਲਾ ਕਿਉਂ ਪਾ ਰਹੀ ਹੈ
ਤੁਸੀਂ ਇਹਨੂੰ ਕਿਸੇ ਹੋਟਲ ਚ ਲੈ ਕੇ ਆਏ ਸੀਗੇ ਕਿ ਉੱਥੇ ਛੱਡ ਆਉਂਦੇ ਨਾ ਇਹਨੂੰ? ਮੈਂ ਕੀ ਕਰਦੀ, ਉਸ ਟਾਈਮ ਕੁਝ ਸਮਝ ਨਹੀਂ ਆਇਆ ਇਸ ਲਈ ਇੱਥੇ ਲੈ ਕੇ ਆ ਗਈ। ਮੈਂ ਤੁਹਾਨੂੰ ਕਿਹਾ ਸੀ ਨਾ ਐਵੇਂ ਨਾ ਕਰੋ, ਵੇਖੋ ਕੀ ਹੋ ਗਿਆ। ਮੈਂ ਤੁਹਾਨੂੰ ਚਾਬੀ ਦਿੱਤੀ ਤੇ ਤੁਸੀਂ ਇਹਨਾਂ ਨੂੰ ਮਾਰੀ ਦਿੱਤਾ। ਚੁੱਪ ਕਰ, ਤੂੰ ਟੈਨਸ਼ਨ ਨਾ ਲੈ ਤੇ ਮੈਨੂੰ ਵੀ ਟੈਨਸ਼ਨ ਨਾ ਦੇ। ਅਸੀਂ ਦੋਵੇਂ ਜੇਲ੍ਹ ਜਾਵਾਂਗੀਆਂ। ਮੇਰਾ ਪਤੀ ਵੀ ਸ਼ਹਿਰ ਵਿੱਚ ਨਹੀਂ ਹੈ। ਸ਼ਿਲਪਾ, ਇਦਾਂ ਦਾ ਕੁਝ ਨਹੀਂ ਹੋਵੇਗਾ। ਮੈਂ ਸਾਰੇ ਸਬੂਤ ਮਿਟਾ ਦਿੱਤੇ ਨੇ, ਸਾਡੇ ਤੇ ਕੋਈ ਸ਼ੱਕ ਨਹੀਂ ਕਰੇਗਾ। ਤੂੰ ਮੈਨੂੰ ਚਾਬੀ ਨਹੀਂ ਦਿੱਤੀ ਤੇ ਮੈਂ ਉਸ ਫਲੈਟ 'ਚ ਕਦੀ ਨਹੀਂ ਗਈ, ਠੀਕ ਹੈ? ਸਾਰੇ ਸਾਈਡ ਤੇ ਹਟੋ, ਹਟੋ, ਸਾਈਡ ਦੋ, ਸਾਈਡ ਤੇ, ਸਾਈਡ ਤੇ, ਕੋਈ ਅੱਗੇ ਨਾ ਆਇਓ। ਇਹ ਤਾਂ ਕਿਸੇ ਬੋਡੀ ਨੂੰ ਘਸੀਟਾ ਗਿਆ, ਉਹ ਉਹੋ ਜਿਹਾ ਨਿਸ਼ਾਨ ਹੈ ਜੀ ਮੈਡਮ। ਉਹ ਕੋਰੀਡੋਰ, ਇਹ ਸਟੇਅਰਕੇਸ ਔਰ ਇਹ ਐਗਜ਼ਿਟ, ਚੰਗੀ ਨਾਲ ਜਾਂਚ ਕਰੀਏ ਔਰ ਇਹ ਬਲੱਡ ਸੈਂਪਲ ਨੂੰ ਫੋਰੈਂਸਿਕ ਲੈਬ ਤੇ ਭੇਜ ਦੀਜੀਏਗਾ। ਓਕੇ ਮੈਡਮ। ਹੱਤਿਆ ਹੋਈ, ਬੋਡੀ ਮਿਲੀ ਸੀ ਬੀ ਬਲੋਕ ਵਿੱਚ, ਤਾਂ ਫਿਰ ਇਹ ਨਿਸ਼ਾਨ ਦਾ ਕੀ ਮਤਲਬ ਹੈ? ਇਹ ਸੀਸੀਟੀਵੀ ਕੈਮਰੇ ਦਾ ਪੁਆਇੰਟ ਇਹੀ ਤਰਫ ਹੈ ਨਾ? ਸਿਕਿਉਰਿਟੀ ਰੂਮ ਕਿੱਥੇ ਹੈ? ਨੇੜੇ ਹੀ ਹੈ ਮੈਡਮ, ਲੈਟਸ ਗੋ। ਇਹ ਆ ਮੈਡਮ। ਇਹ ਸਿਕਿਉਰਿਟੀ ਕਿੱਥੇ ਹੈ? ਇਹ ਸਿਕਿਉਰਿਟੀ ਇੱਥੇ ਆ। ਜੀ ਮੈਡਮ। ਤੁਸੀਂ ਯਹਾਂ ਕਬ ਤੋਂ ਕੰਮ ਕਰ ਰਹੇ ਹੋ? ਜੀ 5 ਸਾਲ ਹੋ ਗਏ। ਫੁਟੇਜ ਹੈਗੀ ਨਾ? ਹਾਂਜੀ, ਆਓ ਮੇਰੇ ਨਾਲ ਦਿਖਾਓ। ਮੈਨੂੰ ਕੁਛ ਦਿਖਾਈ ਨਹੀਂ ਦੇ ਰਿਹਾ, ਕਿ ਆਪਾਂ ਥੋੜਾ ਨਜ਼ਦੀਕ ਜਾਈਏ। ਉਹ ਬੋਲ ਨਾ, ਮੈਨੂੰ ਤਾਂ ਮੇਰਾ ਭਵਿੱਖ ਵਿਖਾਈ ਦੇ ਰਿਹਾ। ਚੁੱਪ। ਇੰਨੇ ਹੀ ਮੈਡਮ, ਦੂਜਾ ਵੀਡੀਓ ਦਿਖਾਓ। ਹਾਂਜੀ। ਕੀ ਲੱਗਦਾ ਹੈ ਉਹਨਾਂ ਨੂੰ ਫੁਟੇਜ ਮਿਲਿਆ ਹੋਵੇਗਾ? ਉਹ ਸੀਰੀਅਸ ਲੱਗ ਰਹੇ ਨੇ। ਹੋਰ ਨਹੀਂ ਤਾਂ ਕੀ, ਉਹ ਤੁਹਾਡੇ ਬਾਰੇ ਗੱਲ ਕਰ ਰਹੇ ਨੇ। ਚੁੱਪ ਕਰ, ਛੁੱਪ ਛੁੱਪ ਬੋਲ। ਆਰਾਮ ਨਾਲ ਮੈਡਮ, ਚੱਲ ਚੱਲ ਚੱਲਦੇ। ਅੱਛਾ ਰੰਗਨਾ, ਕੀ ਹੋਇਆ? ਕਿਸੇ ਨੇ ਸੀਸੀਟੀਵੀ ਦੀ ਫੁਟੇਜ ਨਿਕਾਲ ਲਈ ਮੈਡਮ। ਰੱਬ ਨੇ ਸਾਨੂੰ ਬਚਾ ਲਿਆ, ਪਰ ਇਹ ਕਿੰਨੇ ਕੀਤਾ ਹੋਏਗਾ? ਓਏ ਕੌਣ ਹੈ? ਸੁੰਦਰ ਕੁੜੀ ਹੈ ਯਾਰ, ਇਹ ਸੂਟਕੇਸ ਵਿੱਚ ਕੀ ਲੱਗ ਜਾ ਰਹੀ ਹੈ? ਇਹ ਤਾਂ ਬੋਡੀ ਲੱਗਦੀ ਪਈ ਹੈ ਭਾਈ, ਮੜੀ ਦੀ ਇਦਾਂ ਹੀ ਲੱਗ ਰਿਹਾ ਭਾਈ। ਪਰ ਉਹਦੀ ਲਾਸ਼ ਸੂਟਕੇਸ ਦੇ ਅੰਦਰ ਫਿੱਟ ਕਿਵੇਂ ਹੋ ਗਈ ਯਾਰ? ਇਹ ਕੁੜੀ ਤਾਂ ਕੋਈ ਖਤਰਨਾਕ ਪੰਛੀ ਲੱਗ ਰਹੀ ਹੈ ਯਾਰ, ਇਹਨੇ ਉਹਨੂੰ ਅੰਡੇ ਦੇ ਲਈ ਮਾਰ ਦਿੱਤਾ ਹੋਵੇਗਾ। ਇਹ ਬਲੌਕ 402। ਹਾਂ ਬਾਈ। ਛੇਤੀ ਉੱਥੇ ਜਾ, ਉਸ ਖਤਰਨਾਕ ਕੁੜੀ ਦਾ ਗਲਾ ਵੱਢ ਦਿਓ ਅਤੇ ਉਹ ਅੰਡਾ ਇੱਥੇ ਲੈ ਕੇ ਆਓ। ਸਮਝ ਗਏ ਨਾ? ਜਾਓ। ਹਾਂ ਬਾਈ। ਮੈਡਮ, ਇਹ ਅਲੀ ਆ, ਫਿਰੋਜ਼ ਦੀ ਦੁਕਾਨ 'ਤੇ ਕੰਮ ਕਰਦਾ ਹੈ। ਕਿਸੇ ਬੰਦੇ ਨੇ ਕੱਲ੍ਹ ਨੂੰ ਡਰਾਇਆ ਅਤੇ ਫਿਰੋਜ਼ ਦਾ ਪਤਾ ਵੀ ਆਖਿਆ। ਜੀ ਮੈਡਮ, ਇਹ ਸਭ ਉਸ ਅੰਡੇ ਦੇ ਕਾਰਨ ਹੋਇਆ। ਅੰਡੇ ਲਈ? ਹਾਂ ਮੈਡਮ, ਅੰਡੇ ਵਿੱਚ ਕੁਝ ਚਮਕ ਰਿਹਾ ਸੀ। ਅੰਡਾ ਚਮਕ ਰਿਹਾ ਸੀ? ਪਰ ਮੈਡਮ, ਉਹ ਅੰਡਾ ਇਹਨਾਂ ਦੀ ਦੁਕਾਨ 'ਤੇ ਕਿਵੇਂ ਪਹੁੰਚੇਗਾ? ਪੋਲਟਰੀ ਟਰੱਕ ਵਿੱਚੋਂ। ਫਿਰੋਜ਼ ਸਰ ਉਸ ਅੰਡੇ ਨੂੰ ਘਰ ਲੈ ਗਏ ਸਨ। ਅਪਾਰਟਮੈਂਟ ਦੇ ਪਿੱਛੇ ਜੋ ਬਾਈਕ ਮਿਲੀ ਹੈ, ਇਹ ਉਹਦੀ ਡਿਟੇਲਸ ਨੇ। ਉਹਦਾ ਨਾਮ ਮਨੀ ਹੈ। ਆਲਰੇਡੀ ਕਈ ਚੋਰੀ ਦੇ ਮਾਮਲਿਆਂ 'ਚ ਆਰੋਪੀ ਹੈ, ਫਿਲਹਾਲ ਜ਼ੁਬਾਨਤ ਤੇ ਬਾਹਰ ਹੈ। ਕੀ ਇਹ ਉਹੀ ਹੈ ਜਿਸਨੇ ਤੁਹਾਨੂੰ ਧਮਕੀ ਦੀ ਸੀ? ਜੀ ਮੈਡਮ, ਇਹ ਪਹਿਲਾਂ ਆਪਣੀ ਗੈਂਗ ਨਾਲ ਆਇਆ ਸੀ, ਉਹਨਾਂ ਨੇ ਫਿਰੋਜ਼ ਬਾਈ ਨੂੰ ਗੰਨ ਨਾਲ ਡਰਾਇਆ ਵੀ ਸੀ। ਜਾਓ, ਇਸ ਐਡਰੈਸ ਬਾਰੇ ਪਤਾ ਲਗਾਓ। ਜੀ ਮੈਡਮ। ਉਹ ਘਰ ਤੇ ਨਹੀਂ ਹੋਗਾ, ਪਰ ਫਿਰ ਵੀ ਟਰਾਈ। ਆਹੋ। ਆਲਸੋ ਉਸਦਾ ਨੰਬਰ ਟਰੇਸ ਕਰੋ। ਹਾਂਜੀ। ਸ਼ਹਿਰ ਦੇ ਸਾਰੇ ਪੁਲਿਸ ਸਟੇਸ਼ਨ ਤੇ ਇਸਦੇ ਫੋਟੋ ਤੇ ਅਲਰਟ ਜਾਰੀ ਕਰੋ। ਠੀਕ ਹੈ, ਓਕੇ ਮੈਡਮ। ਇਸਦਾ ਮਤਲਬ ਉਸਦਾ ਔਰ ਕੋਲਕਾਤਾ ਮਿਊਜ਼ੀਅਮ ਰੋਬਰੀ ਦੇ ਵਿੱਚ ਲਿੰਕ ਤਾਂ ਜ਼ਰੂਰ ਹੈ। ਮਿਊਜ਼ੀਅਮ ਤੇ ਜੋ ਅੰਡਾ ਗਾਇਬ ਹੋਇਆ ਸੀ ਉਹ ਫਿਰੋਜ਼ ਦੀ ਦੁਕਾਨ ਵਿੱਚ ਮਿਲਿਆ ਸੀ, ਔਰ ਇਹ ਹੋ ਸਕਦਾ ਹੈ ਕਿ ਮਣੀ ਨੇ ਉਸ ਅੰਡੇ ਲਈ ਫਿਰੋਜ਼ ਦੀ ਹੱਤਿਆ ਕਰ ਦੀ। ਮੈਡਮ, ਜੇਕਰ ਸੀਸੀਟੀਵੀ ਫੁਟੇਜ ਮਣੀ ਲੈ ਗਿਆ
तुम बाइक का जूता पीछे क्यों छट गया हो? ऐ कोई रेगुलर क्राइम जिया नहीं लग रहा है जोसेफ सर। असी यहाँ जरूर कोई इंपॉर्टेंट गर्ल मिस कर रहे हैं। अपार्टमेंट दी सुरक्षा कड़ी करवाइए। बाहर ते केड़े भी नए लोगों नू बिना प्रॉपर आईडी दे अंदर आण ना देना। हाँ हाँ बस इधर रुक। वॉचमैन वॉचमैन हाँ दसो। एक छोटा जा काम मैं 5 मिनट में पुठा जाऊंगा। पुलिस ने सानू ऑर्डर दिता कोई भी अंदर नहीं जा सकता। खोल बस 5 मिनट चली। 5 मिनट वाली गल नहीं है साहब, पुलिस ने मना किया है। ये तो पहले इन्ना परेशान आ। हेलो हाय तुम अंडा मिलया के पाजी? पुलिस की जांच की वजह नाल चौकीदार ने गेट नु बंद कर दिता है, किसी ने भी अंदर जाने की परमिशन नहीं की। चुप कर बेवकूफा, ओनू मार के अंदर जाओ ते अंडा लेके आओ। भाई ये रिस्की होगा, अंदर पुलिस खड़ी है। आए कटो कटो दा नंबर अते ना ता पूछ लई छोटिया। ओके भाई ठीक है पहुंचदा मैं। किवें दे बेवकूफ पाल रखे ने मैं। भाई आ ए ब्लॉक विच फ्लैट नंबर 402 बकाऊ है। ऐदा मैडम ने बोलिया सी की स्टेटस ओदा? 402 अनुपमा मैडम दा? हां उना दा ही है। ओ नहीं खाली कर दी भाई। भाई यार असी नु खरीद रहे हां, एडवांस पेमेंट करने वास्ते इत्थे आए हां। हुन असी अनुपमा मैडम नाल गल करना चाहणे हां, पर तू सानू अंदर जान नहीं दे रिया। सर प्लीज गल दा बुरा ना मन्नो, तुसी कल आओ मैं थानू अंदर जान दवांगा। की बोलिया? कल? हां। अच्छा उना दा नंबर मिल सकदा है किवें नू? हां जी क्यों नहीं, एक मिनट रुक जाओ हुणे दिना। हां ठीक। फुटेज कौन लेके गया होएगा? ओहो सानू ओदे नाल की मतलब? बस अज रात उस डेड बॉडी नू सानू किसी भी तरह ठिकाने लगाना होगा, फिर ही असी शांति नाल जी सकते हैं। मैनू सच्ची डर लग रहा है दीदी। हेलो वधाइयां होवण तुहानू। वधाइयां होवण कादे ली? अज दी ताजा खबर, गुलमोहर अपार्टमेंट विच एक बंदे दी बेरहमी नाल हत्या अते एक औरत ने सूटकेस विच लाश नू बंद कर दिता। अते इत्थे सूटकेस नू घसीटण दी वीडियो है। जिवें छुट्टियां मनाउण जा रही होवे। की होया दीदी? कौन सी दीदी? कौन सी दीदी? सर सर ओ ता बस गलती नाल हो गया सी सर, मेरा इरादा उन्हां नूं मारन दा नहीं सी सच विच। चुप कुछ भी कह रही है। पहला उन्हें हमला कीता सी सर, मैं बस इदा कीता ते ओ फोग बस ओ दी गर्दन विच जाके फस गया। मेरा इरादा उन्हूं मारन दा नहीं सी, मैं सच कह रही हां। ओए कमेंट्री बंद कर यार, मेनू रोण ते हजूर नाल बड़ी नफरत है, इसलिए ता मैं हले तक विवाह भी नहीं कीता। मेरा टाइम खराब ना कर, तू मेरे लिए बस हो, ओ मेरा बस वापस कर दे अंडा। अंडा? हाँ अंडा। मेरे हस्बैंड ने तुहाडी दुकान तो अंडे ले आए सी की। ओए तू मेरे नाल कॉमेडी कर रही है के? मैं तेरी बोटी बोटी कर देवांगा। ओहो सर मैं सच विच समझ नहीं पा रही हूं, मैं तुसी की कह रहे हो? अच्छा तो समझ नहीं पा रही है की होया दीदी? सर चलो सब छड़, दस तू मणि नु क्यों मारिया? सर मैं हुणे तानू दस्या है ना, ओ बस एक्सीडेंट सी सर। आए बस कर, बड़ा हो गया तेरा बकवास ड्रामा। मणि नु मारण विच मैनू कोई समस्या नहीं है, बस मैनु मेरा अंडा वापस चाहिए जेड़ा की तेरे कोल है। सर तुसी ये अंडा अंडा क्यों कर रहे हो? तू अंडा नहीं जानदी, ओ जेड़ा चिट्टे रंग दा हुंदा है, पर ये मुर्गी दा अंडा नहीं है। ये अंडा मैनू अमीर बना देवेगा, ओदी जेब च लुकया है, तू ठीक नाल लभ ओनू जा। ओदी जीभ विच एक अंडा है वेख, तू बस वेख ना पागल जी। मिलिया की? सर एदी जीभ विच ते अंडा नहीं हैगा। ओदियां सारियां जेबां विचों चंगी तरह लभो, ओथे ही होवेगा। तैनू मारण तो पहला उन्हें मैनू दस्या सी कि अंडा ओदे कोल है, मैनू अंडा चाहिदा है।
ਸਰ ਇਹਦੇ ਪਰਸ ਦੇ ਬਾਈਕ ਦੀ ਚਾਬੀ ਮਿਲੇ ਤਾਂ ਕੀ ਹੋ ਰਿਹਾ ਉੱਥੇ ਸਰ ਇਹ ਜ਼ਿੰਦਾ ਹੈ ਸਰ ਕੀ ਜ਼ਿੰਦਾ ਹੋ ਉਹਦੇ ਸਿਰ ਤੇ ਮਾਰੋ ਤੇ ਪੁੱਛੋ ਕਿ ਆਂਡਾ ਕਿੱਥੇ ਹੈ ਓਕੇ ਸਰ ਤੁਹਾਨੂੰ ਚਾਹ ਦੇਵਾਂ ਚੁੱਪ ਕਰ ਕਰ ਸਰ ਅੰਡਾ ਕਿੱਥੇ ਹੈ ਫੋਨ ਤੇ ਉਹ ਬੰਦਾ ਅੰਡੇ ਦੇ ਬਾਰੇ ਕਦੋਂ ਦਾ ਪੁੱਛ ਰਿਹਾ ਹੈ ਓਏ ਉਹਨੂੰ ਬਸ ਮਾਰਦੇ ਰਹੋ ਮਾਰਦੇ ਰਹੋ ਮਾਰਦੇ ਰਹੋ ਜਦੋਂ ਤੱਕ ਉਹ ਅੰਡੇ ਦੇ ਬਾਰੇ ਵਿੱਚ ਦੱਸਦਾ ਨਹੀਂ ਤੁਹਾਨੂੰ ਅੰਡਾ ਕਿੱਥੇ ਹੈ ਸਰ ਬੋਲੋ ਨਾ ਸਰ ਪਲੀਜ਼ ਦੱਸੋ ਨਾ ਜਵਾਬ ਦਿਓ ਨਾ ਸਰ ਦੱਸੋ ਨਾ ਬੋਲੋ ਨਾ ਸਰ ਅਨੂ ਕੀ ਕਰ ਰਹੇ ਤੂੰ ਕੁਛ ਨਹੀਂ ਅਸੀਂ ਬਸ ਇਸ ਰੋਡ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਯਾਰ ਪਿਛਲੀ ਵਾਰ ਮੈਂ ਇਹਨੂੰ ਕੱਢਿਆ ਸੀ ਨਾ ਦੂਰ ਹਟੋ ਜ਼ਰਾ ਮੋਹਨ ਮੋਹਨ ਜਾਣ ਦਿਓ ਰਹਿਣ ਦਿਓ ਰੁਕੋ ਮੈਨੂੰ ਕਰਨ ਦਿਓ ਸਭ ਰਹਿਣ ਦਿਓ ਤਾਂ ਹੋ ਗਿਆ ਰੋਜ਼ ਸਵੇਰ ਜੋਗਿੰਗ ਕਰਨ ਨਾਲ ਪੂਰਾ ਦਿਨ ਬਾਡੀ 'ਚ ਐਨਰਜੀ ਰਹਿੰਦੀ ਹੈ ਉਹ ਚਿੱਤੀ ਵੇਖ ਹੁਣ ਅਸੀਂ ਕੀ ਕਰਾਂਗੇ ਫੋਨ ਚੁੱਕੋ ਚਿੱਤੀ ਚਿੱਤੀ ਫੋਨ ਚੁੱਕੋ ਨਾ ਹੈਲੋ ਸਰ ਓਏ ਕੁਝ ਦੱਸਿਆ ਉਹਨੇ ਸਰ ਉਹ ਫਿਰ ਵਾਪਸ ਮਰ ਗਿਆ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਤੂੰ ਬਸ ਬਕਵਾਸ 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 ਕੀ ਮੈਂ ਤੈਨੂੰ ਜੋਕਰ ਨਜ਼ਰ ਆ ਰਿਹਾ ਦੋ ਸਾਂਡੇ ਦੀ ਕੀਮਤ ਜਾਣਦੀ ਆ ਕਿ 200 ਕਰੋੜ ਰੁਪਏ ਮੈਂ 100 ਰੁਪਏ ਵਾਸਤੇ ਵੀ ਕਿਸੇ ਨੂੰ ਮਾਰ ਸਕਦਾ ਤੇ 200 ਕਰੋੜ ਵਾਸਤੇ ਤੈਨੂੰ ਕਿਹੋ ਜਿਹਾ ਮਾਰਾਂਗਾ ਤੂੰ ਜਾਣਦੀ ਹੈ ਮੇਰੇ ਹੱਥਾਂ ਤੱਕ ਉਹ ਆਂਡਾ ਪਹੁੰਚ ਚੁੱਕਿਆ ਸੀ ਪਰ ਤੂੰ ਗੜਬੜ ਕਰਤੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਂਡਾ ਤੇਰੇ ਕੋਲ ਹੋਵੇ ਜਾਂ ਫਿਰੋਜ਼ ਦੇ ਕੋਲ ਉਹ ਕੁਝ ਕਹਿ ਰਿਹਾ ਹੈ ਜੇਕਰ ਤੂੰ ਅੱਜ ਰਾਤ ਤੱਕ ਮੈਨੂੰ ਉਹ ਆਂਡਾ ਨਹੀਂ ਦਿੱਤਾ ਨਾ ਤਾਂ ਮੈਂ ਤੈਨੂੰ ਮਾਰ ਕੇ ਤੇਰੇ ਟੁਕੜੇ ਟੁਕੜੇ ਕਰਕੇ ਸੂਟ ਕੇਸ ਵਿੱਚ ਭਰ ਦੇਵਾਂਗਾ ਸ਼ਾਂਤੀ 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 ਤੂੰ ਰੱਬ ਤੇ ਭਰੋਸਾ ਕਰਦੀ ਹੈ ਨਾ ਸਰ ਤੂੰ ਰੱਬ ਨੂੰ ਮੰਨਦੀ ਹੈ ਜਾਂ ਨਹੀਂ ਤੂੰ ਸੱਚ ਵਿੱਚ ਭਗਵਾਨ ਤੇ ਭਰੋਸਾ ਕਰਦੀ ਹੈ ਕਿ ਨਹੀਂ ਤਾਂ ਅੱਜ ਰਾਤ ਨੂੰ ਉਹ ਆਂਡਾ ਮੇਰੇ ਕੋਲ ਹੋਣਾ ਚਾਹੀਦਾ ਹੈ ਨਹੀਂ ਤਾਂ ਤੇਰਾ ਰੱਬ ਵੀ ਤੈਨੂੰ ਮੇਰੇ ਟੋਰਚਰ ਤੋਂ ਬਚਾ ਨਹੀਂ ਪਾਵੇਗਾ ਭੁੱਖਾ ਰਾਕਸ਼ਾ ਥੂ ਕੀ ਆਪ ਇਸ ਨੂੰ ਪਹਿਚਾਣਦੀ ਆ ਨਹੀਂ ਪਹਿਚਾਣਦੀ ਆਪਕੇ ਪਤੀ ਨੇ ਕਿਸੇ ਵੀ ਅੰਡੇ ਬਾਰੇ ਕੁਝ ਦੱਸਿਆ ਸੀ ਆਂਡੇ ਦੇ ਬਾਰੇ ਵਿੱਚ ਮੈਂ ਕੁਝ ਸਮਝੀ ਨਹੀਂ ਕਲਕੱਤਾ ਮਿਊਜ਼ੀਅਮ ਤੋਂ ਗਾਇਬ ਹੋਇਆ ਇੱਕ ਪੁਰਾਣਾ ਅੰਡਾ ਹੈ ਨਹੀਂ ਪਰ ਹੱਤਿਆ ਨਾਲ ਇਹਦਾ ਕੀ ਸੰਬੰਧ ਸ਼ਾਇਦ ਆਪਕੇ ਪਤੀ ਨੂੰ ਇਹ ਸਹਿਯੋਗ ਤੇ ਮਿਲ ਗਿਆ ਹੋਗਾ ਔਰ ਇਸ ਲਈ ਉਹਦੀ ਹੱਤਿਆ ਕਰਾਈ ਗਈ ਪਰ ਫਿਰੋਜ਼ ਨੇ ਤਾਂ ਮੈਨੂੰ ਕਦੇ ਆਂਡੇ ਬਾਰੇ ਨਹੀਂ ਦੱਸਿਆ ਸਾਇਰਾ ਨੂੰ ਇੱਥੇ ਰਹਿਣ ਲੈਂਦੇ ਹੀ ਆਪ ਦਾ ਧੰਨਵਾਦ ਐਸੀ ਕੋਈ ਗੱਲ ਨਹੀਂ ਹੈ ਸਾਇਰਾ ਮੇਰੀ ਅੱਛੀ ਸਹੇਲੀ ਹੈ ਕੁਛ ਦਿਨ ਪਹਿਲਾਂ ਕੋਲਕਾਤਾ ਮਿਊਜ਼ੀਅਮ ਤੋਂ ਜੋ ਫੇਵਰੇਜ ਅੰਡਾ ਗਾਇਬ ਹੋਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਹੱਤਿਆ ਦਾ ਸੰਬੰਧ ਉਸ ਡਕੈਤੀ ਦੇ ਨਾਲ ਹੈ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਤੋਂ ਛੇਤੀ ਉਹ ਇਸ ਅੰਡੇ ਨੂੰ ਲੱਭ ਲੈਣਗੇ ਗੁਲਮੋਹਰ ਅਪਾਰਟਮੈਂਟ ਹੁਣ ਇੱਥੇ ਫਲੈਟ ਦੇ ਰੇਟ ਘੱਟ ਹੋ ਜਾਣਗੇ ਇੱਕ ਕੰਮ ਕਰਦੇ ਹਾਂ ਇੱਕ ਫਲੈਟ ਖਰੀਦ ਲੈਂਦੇ ਹਾਂ ਉਹਨੂੰ ਰੈਂਟ ਤੇ ਚੜਾ ਦਾਂਗੇ ਬਹੁਤ ਵਧੀਆ ਕਿਰਾਇਆ ਮਿਲ ਜੂਗਾ ਸਾਨੂੰ ਅੱਗੇ ਦੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ ਹੈਲੋ ਓਏ ਮੇਰੀ ਗੱਲ ਧਿਆਨ ਨਾਲ ਸੁਣ ਪੁਲਿਸ ਨੂੰ ਅੰਡੇ ਦੇ ਬਾਰੇ ਵਿੱਚ ਪਤਾ ਲੱਗ ਚੁੱਕਿਆ ਹੈ ਜੇਕਰ ਤੂੰ ਕਿਸੇ ਨੂੰ ਅਪਾਰਟਮੈਂਟ ਵਿੱਚੋਂ ਬਾਹਰ ਆਉਂਦੇ ਹੋਏ ਵੇਖਿਆ ਤਾਂ ਉਹਦੇ ਤੇ ਕੜੀ ਨਿਗਰਾਨੀ ਰੱਖੀ ਆਪਣੀ ਅੱਖਾਂ ਖੁੱਲੀਆਂ ਰੱਖੀ ਠੀਕ ਹੈ ਭਾਈ ਉਸ ਅਪਾਰਟਮੈਂਟ ਦੇ ਨੇੜੇ ਹੀ ਇੱਕ ਸੁਪਰ ਸਵੀਟ ਕਮਰਾ ਬੁੱਕ ਕਰ ਉਥੋਂ ਅਪਾਰਟਮੈਂਟ ਦਾ ਇੱਕਦਮ ਕਲੀਅਰ ਵਿਊ ਮਿਲਣਾ ਚਾਹੀਦਾ ਹੈ ਸਮਝ ਗਿਆ ਨਾ ਅੱਗੇ ਦਾ ਸਮਾਚਾਰ ਜਾਣਨ ਲਈ ਸਾਡੇ ਨਾਲ ਬਣੇ ਰਹੋ ਲੱਗਦਾ ਮੈਂ ਟੈਨਸ਼ਨ ਨਾਲ ਮਰ ਜਾਵਾਂਗੀ ਸਰ ਨੂੰ ਚੈਨਲ ਬਦਲਣ ਲਈ ਕਹੋ ਨਾ ਦੀਦੀ ਤੂੰ ਕਿਉਂ ਟੈਨਸ਼ਨ ਲੈ ਰਹੀ ਹੈ ਜੇ ਅਸੀਂ ਉਹਨੂੰ ਉਹ ਆਂਡਾ ਦੇ ਦਿੱਤਾ ਤੇ ਇਹ ਟੈਨਸ਼ਨ ਖਤਮ ਹੋ ਜਾਵੇਗੀ ਪਰ ਆਂਡਾ ਲਿਆਵਾਂਗੇ ਕਿੱਥੋਂ ਸੁਣ ਉਸ ਰਾਤ ਮੈਂ ਉਹਨੂੰ ਇਹ ਕਹਿੰਦੇ ਹੋਏ ਸੁਣ ਲਿਆ ਸੀ ਕਿ ਆਂਡਾ ਉਹਦੇ ਕੋਲ ਹੈ ਉਹਨੂੰ ਮਾਰਨ ਤੋਂ ਪਹਿਲਾਂ ਉਹ ਇੱਧਰ ਉੱਧਰ ਘੁੰਮ ਰਿਹਾ ਸੀ ਹੋ ਸਕਦਾ ਹੈ ਕਿ ਉਹ ਆਂਡਾ ਹਲੇ ਵੀ ਫਲੈਟ ਦੇ ਅੰਦਰ ਰੌਲਾ ਕਿਉਂ ਪਾ ਰਹੀ ਹੈ ਉੱਥੇ ਤਾਂ ਪੁਲਿਸ ਹੈ ਨਾ ਦੀਦੀ ਤੂੰ ਜਾ ਇੱਥੋਂ ਜਾ
ਸਸਿਕਾਲ ਬਾਈ। ਕੋਈ ਉਥੋਂ ਬਾਹਰ ਆਇਆ ਕਿ? ਕੋਈ ਨਹੀਂ ਆਇਆ ਬਾਈ। ਹੋਟਲ ਰੂਮ ਕਿੱਥੇ ਬੁੱਕ ਕੀਤਾ? ਇੱਧਰ ਹੀ ਬੁੱਕ ਕੀਤਾ ਬਾਈ। ਆ ਜਾ। ਹੋਟਲ ਬਾਈ, ਇਹਨਾਂ ਨੇ ਬਸ ਟੈਕਸ ਤੋਂ ਬਚਣ ਦੇ ਲਈ ਏਦਾਂ ਬਣਾ ਕੇ ਰੱਖਿਆ ਹੋਇਆ, ਲੇਕਿਨ ਅੰਦਰ ਇੰਟੀਰੀਅਰ ਬਹੁਤ ਚੰਗਾ ਹੈ। ਤੂੰ ਬੋਲਾਂ? ਹਾਂ ਹਾਂ, ਇਹ ਸਹੀ ਕਹਿ ਰਿਹਾ ਹੈ ਬਾਈ, ਅੰਦਰ ਬਹੁਤ ਵਧੀਆ ਹੈ। ਹਾਂ, ਤੁਸੀਂ ਵੀ ਤਾਰੀਫ ਕਰੋਗੇ ਬਾਈ, ਭਰੋਸਾ ਰੱਖੋ ਮੇਰੇ ਤੇ। ਤੈਨੂੰ ਸਵੀਟ ਬੁੱਕ ਕਰਨ ਵਾਸਤੇ ਕਿਹਾ ਸੀ, ਤੂੰ ਮੈਨੂੰ ਲੌਡਜ ਚ ਲੈ ਆਇਆ ਹੈ। ਭਾਈ, ਉਹ ਗੇਟ ਤੇ ਖੜੀ ਹੋਈ ਆ, ਆਪਣੇ ਮੁੰਡੇ ਨੂੰ ਸਕੂਲ ਭੇਜਦੀ ਪਈ ਆ। ਚੱਲਣਾ ਉੱਥੇ। ਬਾਏ ਮੰਮੀ। ਬਾਏ ਆਂਟੀ। ਅਨੁਪਮਾ ਮੈਡਮ, ਇੱਕ ਮਿੰਟ ਰੁਕ ਜਾਓ। ਤੁਸੀਂ ਆਪਣਾ ਫਲੈਟ ਵੇਚ ਰਹੇ ਹੋ ਕੀ? ਨਹੀਂ ਤੇ ਕੀ ਹੋਇਆ? ਤੁਸੀਂ ਆਪਣਾ ਫਲੈਟ ਵੇਚ ਰਹੇ ਹੋ, ਇਹ ਕਹਿੰਦੇ ਹੋ ਇੱਕ ਬੰਦਾ ਆਇਆ ਸੀ, ਉਹ ਤੁਹਾਨੂੰ ਮਿਲਣ ਦੇ ਲਈ ਬਹੁਤ ਜ਼ਿੱਦ ਕਰ ਰਿਹਾ ਸੀ। ਤੂੰ ਅੰਦਰ ਕਿਸੇ ਨੂੰ ਭੇਜਿਆ ਤੇ ਨਹੀਂ ਨਾ? ਨਹੀਂ ਮੈਡਮ, ਪਰਮਿਸ਼ਨ ਦੇ ਬਿਨਾਂ ਤਾਂ ਮੈਂ ਕਿਸੇ ਨੂੰ ਵੀ ਘੁਸਣ ਨਹੀਂ ਦਿੰਦਾ। ਠੀਕ ਹੈ। ਓਕੇ ਮੈਡਮ। ਫਿਰੋਜ਼ ਨੇ ਸਾਇਰਾ ਨੂੰ ਅੰਡੇ ਬਾਰੇ ਕਿਉਂ ਨਹੀਂ ਦੱਸਿਆ ਹੋਵੇਗਾ? ਹੋ ਸਕਦਾ ਹੈ ਉਹ ਆਪਣੇ ਘਰ ਵਾਲੇ ਤੇ ਭਰੋਸਾ ਨਾ ਕਰਦਾ ਹੋਵੇ। ਹੋ ਸਕਦਾ ਹੈ, ਲੇਕਿਨ ਸ਼ਾਇਦ ਸਾਇਰਾ ਸਾਨੂੰ ਝੂਠ ਬੋਲ ਰਹੀ ਹੋ। ਉਸਨੇ ਕਿਹਾ ਸੀ ਕਿ ਉਹ ਇੱਕ ਰਾਤ ਪਹਿਲਾਂ ਹੀ ਆਪਣੇ ਘਰ ਤੁਰ ਗਈ ਸੀ। ਆਪਨੇ ਕ੍ਰੋਸ ਚੈੱਕ ਕੀਤਾ? ਜੀ ਬਿਲਕੁਲ ਮੈਡਮ, ਅਸੀਂ ਸਭ ਚੈੱਕ ਕੀਤਾ ਹੈ। ਓਕੇ, ਬਸ ਸ਼ੋਰ ਕਰਨ ਲਈ ਸਾਇਰਾ ਦੀ ਕਾਲ ਹਿਸਟਰੀ ਚੈੱਕ ਕਰੀਏ। ਠੀਕ ਹੈ ਮੈਡਮ। ਹਾਂ ਦੀਦੀ, ਮੇਰੀ ਗੱਲ ਧਿਆਨ ਨਾਲ ਸੁਣ। ਫਿਰੋਜ਼ ਦੇ ਫਲੈਟ ਦੇ ਬਾਹਰ ਇੱਕ ਕਾਂਸਟੇਬਲ ਹੈ, ਆਂਡਾ ਲੈਣ ਦੇ ਲਈ ਇਹੀ ਸਹੀ ਟਾਈਮ ਹੈ। ਪਰ ਅਸੀਂ ਆਂਡਾ ਉੱਥੋਂ ਲਿਆਵਾਂਗੇ ਕਿਵੇਂ? ਉਹ ਕਾਂਸਟੇਬਲ ਸਾਨੂੰ ਰੰਗੇ ਹੱਥੀ ਫੜ ਲਵੇਗਾ ਦੀਦੀ। ਸ਼ਿਲਪਾ, ਮੈਂ ਜਿਵੇਂ ਕਹਿੰਦੀ ਹਾਂ ਉਦਾਂ ਹੀ ਕਰ। ਹਾਏ ਰੱਬਾ, ਵੇਖ ਕੀ ਰਹੇ ਹੋ? ਆ ਕੇ ਮੇਰੀ ਮਦਦ ਕਰੋ ਨਾ ਸਰ। ਤੁਹਾਨੂੰ ਸ਼ੂਗਰ ਹੈ ਕੀ ਸਰ? ਉਹ ਨਾ ਨਾ, ਮੈਨੂੰ ਕਾਹਦੀ ਡਾਇਬੀਟੀਜ਼? ਅੱਜ ਕੱਲ ਤਾਂ ਸਬਜ਼ੀਆਂ ਦੇ ਭਾਅ ਬਹੁਤ ਹੀ ਵੱਧ ਗਏ ਨੇ, ਟਮਾਟਰ ਤਾਂ ਬਹੁਤ ਹੀ ਮਹਿੰਗੇ ਹੋਏ ਪਏ ਨੇ। ਹਾਂ ਗੱਲ ਤਾਂ ਸਹੀ ਆ। ਸਰ ਸੁਣੋ ਨਾ ਸਰ, ਤੁਹਾਨੂੰ ਖੂਨੀ ਮਿਲ ਗਿਆ ਕੀ? ਮੇਰੀ ਮਦਦ ਚਾਹੀਦੀ ਹੈ ਤੁਹਾਨੂੰ, ਮੈਨੂੰ ਇਸ ਅਪਾਰਟਮੈਂਟ ਬਾਰੇ ਸਭ ਪਤਾ ਹੈ। ਉਹ ਤੂੰ ਆਪਣੇ ਕੰਮ ਦੇ ਨਾਲ ਕੰਮ ਰੱਖ, ਸਬਜ਼ੀ ਲੈ ਲਈ ਨਾ, ਹੁਣ ਜਾ ਕਰੇ।
राजू जी मैडम जाओ तुसी लंच कर लो असी अभी इतने चलो कॉफी चाहिए थी मैडम ठीक है मैम लंच के बाद आना असी कुछ मिस कर रहे हैं जोसेफ सर जिन्हों असी लभ रहे सी वो साढ़े आसपास ही है लेकिन असी उन्हें देख नहीं पा रहे मैनू ऐसा लग रहा है हाँ की होया प्रसाद मणि दे घरे ताला लग गया सर वो तीन चार दिन तो घरे नहीं आया उनका लास्ट एक्टिव लोकेशन सोसाइटी दे कोले दस रहा है उनका फोन एक घंटा पहला एक्टिव सी सर फिर स्विच ऑफ हो गया एक घंटा पहला तू सही तरह चेक तक किया है ना नेटवर्क कंपनी ने इन्फॉर्मेशन दी थी सर ठीक है एक घंटा पहला मणि का फोन ऐसे अपार्टमेंट में चल रहा सी मैडम ते ओ तो बाद ओ फोन स्विच ऑफ हो गया मैडम एक घंटे पहले लेकिन असी तो इत्थे ही है सर शायद मणि हुने भी अपार्टमेंट में ही है सही कहा मैडम शायद इसलिए ओदी बाइक हाले भी इत्थे ही है इसका मतलब जो सीसीटीवी फुटेज गायब होया सी वो मणि ने नहीं लिया सी कोई हो रही है शायद कुछ और है जो रिकॉर्ड होया सी स्निफर डॉग लेके आइए सर समथिंग इज हैपनिंग हियर क्यों है सर एक मिनट मैडम मनी यही अपार्टमेंट विच कहीं हो सकता है कोई उसके छुपने विच मदद कर रहा है हर एक ब्लॉक हर एक फ्लैट की जांच चंगी तरह करें बिना मेरे नोटिस दे किसी नूं भी बाहर ना जान दें इज दैट क्लियर डिस्पर्स बिना किसी वारंट तो चेकिंग करांगे तो उन्होंने ऑब्जेक्शन हो सकता है मैडम जो सच नूं छुपाना चाहेगा वो जरूर ऑब्जेक्शन लवेगा सर और ये वही होगा जिसकी सानू तलाश है ਇਸ ਨੂੰ ਪਤਾ ਲੱਗ ਗਿਆ ਕਿ ਮਨੀ ਇੱਥੇ ਹੀ ਹੈ ਸਾਰੇ ਫਲੈਟਸ ਦੀ ਤਲਾਸ਼ੀ ਲੈ ਰਹੇ ਨੇ ਦੀਦੀ ਜੇ ਤੁਸੀਂ ਫੜੇ ਗਏ ਤਾਂ ਮੈਂ ਵੀ ਫੜੀ ਜਾਊਂਗੀ ਏਦਾਂ ਨਾ ਕਹਿ ਮੈਨੂੰ ਕੁਝ ਸੋਚਣ ਦੇ ਸੋਚਣ ਦੇ ਨੇ ਕੀ ਬਚਿਆ ਹੈ ਸਾਰਾ ਖੇਲ ਖਤਮ ਹੋ ਗਿਆ ਹੈ ਬਾਡੀ ਨੂੰ ਸਾਨੂੰ ਕਿਤੇ ਹੋਰ ਲੁਕਾਉਣਾ ਹੋਏਗਾ ਪਹਿਲਾਂ ਤੋਂ ਹੀ ਲੁਕੀ ਹੋਈ ਬਾਡੀ ਨੂੰ ਹੋਰ ਕਿੱਥੇ ਲੁਕਾਵਾਂਗੇ ਮੇਰਾ ਮਤਲਬ ਸਾਡੀ ਅੱਖਾਂ ਦੇ ਸਾਹਮਣੇ ਹੋਵੇ ਪਰ ਉਹਨਾਂ ਦੀ ਅੱਖ ਤੋਂ ਦੂਰ ਹੋਵੇ ਕੁਝ ਪੱਲੇ ਹੀ ਨਹੀਂ ਪੈ ਰਿਹਾ ਉੱਥੇ ਤੁਹਾਨੂੰ ਪੂਰਾ ਯਕੀਨ ਹੈ ਉਹ ਇੱਥੇ ਨਹੀਂ ਲੱਭਣਗੇ ਸੁਣੋ ਅਸੀਂ ਹਾਲ ਦੀ ਸਫਾਈ ਕਰ ਰਹੇ ਹਾਂ ਬਹੁਤ ਭਾਰਾ ਹੈ ਜੀ ਇਹਦਾ ਪੈਰ ਤਾਂ ਜੰਮ ਗਿਆ ਦੀਦੀ ਇਹ ਤਾਂ ਅੰਦਰ ਹੀ ਨਹੀਂ ਜਾ ਰਿਹਾ ਮੈਡਮ ਇਹ ਗੋਲੀ ਖਾਓ ਦੀਦੀ ਕੀ ਹੈ ਮੇਰੇ ਕੋਲ ਇੱਕ ਆਈਡੀਆ ਹੈ ਕੀ ਇਹ
तू मेनू की समझदी है, मैं नहीं कर सकती। होर कोई रस्ता नहीं है दीदी, कट दो इनू। ए पागल हो गई की, इदा किदा कट सकदी आ? ओ तां पहलां तो ही मर चुका है ना, ओनू होर कुछ नहीं महसूस होएगा दीदी। इक चपेड़ मारांगी तेनू। मैं ओनू नहीं मारिया, बस कंडा मारिया सी। हाय रब्बा, साडे कोल टाइम नहीं है, थोड़ी देर विच पुलिस आ जाएगी, तुस छेती करो ना। तू कर। नहीं नहीं नहीं, मैं नहीं कर सकती है, मेरे तो नहीं होएगा। किद्दां करां? ओ सब मैनू नहीं पता दीदी, किसे भी तरह शुरू करो, हौली हौली करो। पुलिस आ रही है दीदी। हाय हेलो, सारे कुकिंग वॉरियर्स नो मेरा सत श्री अकाल। तुसी ये कर सकते हो दीदी। आज मैं तानू चिकन कटना सिखावांगी। सब तो पहला चाकू नो पैर ते रखो ते हल्का जा कट लाओ, ओदे बाद पैर फड़ो। इनू बार खिचो जिदे नाले आराम नाल अलग हो जावेगा। देखिया ए टेक्निक बहुत ही आसान है। कौन है यार? मैं सॉरी तुसी हो सर? सॉरी सर, वो टेंशन विच मैं। केड़ी गल दी टेंशन है? ओ पुलिस चेकिंग दे लिए आ रही है सर। की पुलिस है तेरे घर दे नेड़े? उन्हां नूं तेरे ते कोई शक तां नहीं है ना? नहीं सर, ओ सारे फ्लैट्स दी जांच कर रहे हैं। पर तू ये सब किवें मैनेज करेंगी, की करेंगी? मैं बॉडी नूं हॉल विच टेबल दे अंदर लुका रही हां सर, पर ओदी लत वड्डी है। टंग वड्डी है, हुण की करेंगी? ते मैं ओदी लत कट रही हां सर। ठीक है, तू ओदी टंगा वड्ड, मैं तेरा फोन कटदा, बाय। खूंखार यार। अच्छा? हाँ। लाश लुकाउण लई टंगा वड रही है, बड़ी खतरनाक है। तां जे तुहानू ये रेसिपी पसंद आए तो लाइक ते शेयर जरूर करो, ते एवें दी मजेदार रेसिपीज दे लई मेरे चैनल नू सब्सक्राइब करो। दिस इज अनुपमा गुमा गुमा। सर शायद कोई किलर नु लुका रहा है, ता करके असि सारे फ्लैट्स नु चेक कर रहे हैं। श्योर, गो अहेड।
सॉरी मोहन। कुछ बोलिया तो तेनू मार दूंगा। कल रात तो साडे घरे एक डेड बॉडी पई है। कल रात तो डेड बॉडी नहीं सी सर, बॉडी सी। चुप कर। अंदर लियांदे वक्त जींदा सी। अज सवेरे जदों तुसी किचन विच रॉड ठीक कर रहे सी तां उदों मरिया है। ए मैनू क्यों हत्या च शामिल कर रही है? हां मैनू लगदा है सानू पुलिस नू इनफॉर्म कर देना चाहिदा है। नहीं मेरी मेरी गल सुनो मोहन, असी ये सब तो बच सकते हैं जे असी उन्हां नू अंडा दे दित्ता। पर ये तां मर चुका है ना? ए मर चुका है पर ओ नहीं। ओ कौन? ओ कोई होर है, ए ओ नहीं है। उन्दा इहदे नाल की संबंध है? पता नहीं। आखिर ओ है कौन? पता नहीं। पर ये कौन है? पता नहीं। अनुपमा सुन, तू इहदे फोक मारिया ते इत्थे लै आई ते मैं इहनू गलती नाल मार दित्ता। आपां दोवां ने इहनू जान बुझ के नहीं मारिया, पर ये असी जान बुझ के कर रहे हैं, ये गलत है, सानू ये नहीं करना। चल पुलिस दे कोल। मोहन प्लीज मेरी गल तां सुनो। की सुना? इत्थे नहीं, अंदर आ जाओ, आ जाओ, आ जाओ। हाँ बोल। अनु। मोहन ओ अनु 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 तू समझ क्यों नहीं रही? पर होर कोई राह नहीं है। तेरा दिमाग खराब हो गया है। ओपन द डोर। अनु दरवाजा खोल। अनु ये ठीक नहीं कर रही है तू। अनु पुलिस दी चेकिंग खत्म हुई? हाँ सर, मैं सबको संभाल लिया। बहुत बढ़िया। अंडा फिरोज दे फ्लैट च नहीं है सर, असी हर जगह लभ लिया पर उते नहीं है। मेरे नाल मखौल कर रही हैं? हैं? जेकर मणि दे कोल नहीं है तां फिरोज दे फ्लैट ते होना चाहिदा है। मैं किद्दां दस सकदी हां सर? एक्टिंग कर रही हैं ना? नहीं सर, मैं सच कह रही हां सर। प्लीज हुण मैनूं छड्ड दो, मैं एक मेमना आ जो अपना राह भटक गई है सर। चुप कर, असी अंडा लभ रहे हां, मेमना नहीं। जेड़ी रास्ता भटक गई है, जे अज रात तक मैनू अंडा नहीं मिलिया ना तो मैं तेरा हाफ फ्राई कर देवांगा। सर 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 प्लीज सर। हुण पैर वड। अब 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 फोन कट, फोन कट। हे रब्बा, अब मणि दी जेब च नहीं है, फिरोज दे फ्लैट ते भी नहीं है, तो फिर ओ गया किथे? प्रभु छेती ही धरती ते आने वाले ने? हाँ, वो छेती आएंगे। ते फिर? वो साड़ियाँ सारियाँ मुसीबतां ले लेंगे, परेशानियां भी। सिर्फ तू नहीं, इस दुनिया विच हर कोई खुश होवेगा, सारे पाप तुल जाएंगे, ये धरती स्वर्ग बन जाऊगी। पर सानू किवें पता लगेगा कि प्रभु आ रहे ने? वो भेजूगा, वो संकेत भेजूगा। सुनो फादर, मेरे शौहर नूं इक अंडा मिलिया है। कि ये वही संकेत है जिदी तुसी गल कर रहे सी? अंडा? मैरी अंडा लेके आई, उन्हें दस्या कि ये प्रभु दे पुनर्जन्म दा संकेत है। उन्होंने उन्हें कहा कि इस अंडे की सुरक्षा करनी ही होगी। प्रभु आउणगे, प्रभु जरूर आउणगे। हालेलुया हालेलुया।
अपने इस बच्चे को आशीर्वाद देने लाई तो अनुआन में इतना टाइम लग गया। कोई गल नहीं, हुण सब ठीक है, तुसी आ रहे हो, तुसी आ रहे हो। प्रभु आ रहे ने, यह संकेत है। यह संकेत है, यह संकेत है। संकेत है, हुण सानू की करना चाहिए? सानू हर हाल विच इस अंडी दी रक्षा करनी होगी। पर मेरे शोहर तो इनू बेचना चाहते ने। ऐदा नहीं हो सकता, हर हाल विच सानू इहदी रक्षा करनी होगी। पर किवें, जे मेरे शोहर नू पता लग्या तो वह मैनू मार देंगे। तो आपां नू मार दिंदे आ, आपां नू मार दिंदे आ। हाँ, मार देवांगे। तू प्रभु द्वारा भेजी गई देवदूत है, उन्हां दे आउण दे राह दी तैयारी करना तेरा फर्ज है। हुण जा, जद तक तू वापस आएंगी प्रभु दा रास्ता तैयार हो जाऊगा। जेब विच नहीं है, फिरोज दे फ्लैट ते भी नहीं है, ता फिर ओ गया किथे? असि हर पासे लब्बे मैडम, पर सानू कुछ नहीं मिलिया। कोई सुराग नहीं मिलिया। लगता है पुलिस दी जांच पूरी हो गई है। स्नीफर डॉग आउण तो पहला सानू ए बॉडी ठिकाने लगानी होवेगी। एथो ਇੰਨੀ ਸਾਰੀ ਪੁਲਿਸ ਦੇ ਸਾਹਮਣੇ ਕਿਵੇਂ ਸ਼ਿਫਟ ਕਰੋਗੇ, ਦੱਸੋ ਮੈਨੂੰ। ਜੋ ਵੀ ਹੋਵੇ, ਹਾਂ, ਪਰ ਸਾਨੂੰ ਇਹ ਕਰਨਾ ਹੋਵੇਗਾ। ਓਕੇ ਬਾਏ। ਹੈਲੋ ਬਲਰਾਜੂ, ਇੱਕ ਵੈਨ ਲੈ ਕੇ ਛੇਤੀ ਆ। ਤੁਹਾਨੂੰ ਕੋਈ ਨਈ ਰੈਸਿਪੀ ਮਿਲੀ ਹੈ ਕੀ? ਐਵੇਂ ਦਾ ਕੁਝ ਸਮਝ, ਪਰ ਲੋਕੇਸ਼ਨ ਚੇਂਜ ਕਰਦੇ ਆ। ਸੁਭਮ ਦੀਦੀ, ਹਾਂ, ਤੇ ਵੈਨ ਨੂੰ ਸਾਡੇ ਬਲੌਕ ਦੇ ਪਿੱਛੇ ਪਾਰਕ ਕਰ। ਠੀਕ ਹੈ ਦੀਦੀ। ਇੱਥੇ ਸੁਸਾਇਟੀ ਵਿੱਚ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ, ਤੇ ਵਾਚਮੈਨ ਨੂੰ ਕਹੀ ਕਿ ਕੁਕਿੰਗ ਵੀਡੀਓ ਦੀ ਸ਼ੂਟਿੰਗ ਕਰਨੀ ਹੈ, ਇਹ ਕਹਿ ਕੇ ਅੰਦਰ ਆ ਜਾਵੀਂ। ਜੇ ਉਹ ਮੰਗੇ ਤੇ ਉਹਨੂੰ ਆਪਣੀ ਆਈਡੀ ਦਿਖਾ। ਠੀਕ ਆ। ਕੀ ਮੁਸੀਬਤ ਹੈ, ਪਤਾ ਨਹੀਂ ਅੱਜ ਮੈਂ ਕੰਮ ਤੇ ਹੀ ਕਿਉਂ ਆ ਗਈ। ਬਿਨਾਂ ਗੱਲ ਦੀ ਟੈਨਸ਼ਨ ਨਾ ਲੈ, ਤੇ ਸੁਣ, ਮੇਰੇ ਜਾਣ ਤੋਂ ਬਾਅਦ ਪੂਰਾ ਘਰ ਸਾਫ਼ ਕਰ ਦੇਵੀਂ। ਸਨੀਫਰ ਡੌਗ ਨੂੰ ਕੋਈ ਵੀ ਸਮੈਲ ਨਹੀਂ ਮਿਲਣੀ ਚਾਹੀਦੀ, ਸਮਝੀ? ਇਹ ਚਾਕੂ ਦਾ ਕੀ ਕਰਨਾ? ਮੈਨੂੰ ਮਾਰ ਦੇ, ਰੱਖ ਇਹਦੇ ਅੰਦਰ। हाँ बलराजू, कितने हैं तू? हाँ दीदी, मैं आ गया। ठीक है, आ रही हूँ। हाँ, छेती दे ना। सुन, मैं तेनू फिर दस रही हूँ, मेरे जान तो बाद पूरा घर चंगी तरह साफ कर दे। सेफर साइड, थोड़ा जिहा अदरक ते मिर्च काट लवी, बॉल च थोड़ा पानी पाके उन्हें उबाल लवी। ओके, समझ गई ना? दीदी, मेरी कसम खाओ। किस? सच कहो, ये तुहाडा पहला मर्डर ही है ना?
ਤੁਸੀਂ ਤਾਂ ਆਖਿਆ ਸੀ ਇੱਕ ਐਪੀਸੋਡ ਹੈ, ਇਹ ਤਾਂ 10 ਐਪੀਸੋਡ ਦੀ ਤਿਆਰੀ ਆ। ਤੈਨੂੰ ਬਾਅਦ ਚ ਸਮਝਾਵਾਂਗੀ, ਪਹਿਲਾਂ ਮੇਰੀ ਹੈਲਪ ਕਰ। ਓਹੋ, ਆਰਾਮ ਨਾਲ। ਇਹ ਤਾਂ ਬਹੁਤ ਹੀ ਭਾਰੀ ਹੈ ਦੀਦੀ। ਫਾਦਰ, ਅਨੁਪਮਾ ਸੂਟਕੇਸ ਨੂੰ ਕਿਤੇ ਬਾਹਰ ਲੈ ਕੇ ਜਾ ਰਹੀ ਹੈ। ਉਹ ਜ਼ਰੂਰ ਡੈਡ ਬੋਡੀ ਹੈ। ਅਨੁਪਮਾ ਜੇ ਬਚ ਕੇ ਇੱਥੋਂ ਨਿਕਲ ਗਈ ਤਾਂ ਪੁਲਿਸ ਸਾਡੇ ਤੱਕ ਪਹੁੰਚ ਸਕਦੀ ਹੈ। ਪ੍ਰਭੂ ਸਭ ਠੀਕ ਕਰ ਦੇਣਗੇ। ਹੁਣ ਤੇ ਕੌਣ ਹੈ? ਤੁਸੀਂ ਆਪਣੇ ਪਤੀ ਨੂੰ ਮਾਰਿਆ ਸੀ ਨਾ? ਤੂੰ ਜਿਵੇਂ ਸੋਚ ਰਹੀ ਹੈ ਉਵੇਂ ਤਾਂ ਕੁਝ ਵੀ ਨਹੀਂ ਹੈ। ਮੈਂ ਤੈਨੂੰ ਸਮਝਾਉਣੀ ਆ। ਮੈਨੂੰ ਨਾ ਸਮਝਾ, ਪੁਲਿਸ ਨੂੰ ਸਮਝਾ। ਕੁਸੁਮਾ, ਰੁਕ ਜਾ, ਰੁਕ ਜਾ, ਮੇਰੀ ਗੱਲ ਤਾਂ ਸੁਣ। ਮੈਨੂੰ ਜਾਣ ਦੇ ਕੁਸੁਮਾ, ਸੁਣ। ਮੈਂ ਬਾਅਦ ਚ ਗੱਲ ਕਰਨਾ ਮੈਡਮ। ਇੱਕ ਛੋਟਾ ਜਿਹਾ ਕੰਮ ਹੈ, ਅਸੀਂ ਛੇਤੀ ਆ ਜਾਵਾਂਗੇ। ਓਕੇ ਮੈਡਮ, ਮੈਂ ਸ਼ਾਮੀ ਤੱਕ ਵਾਪਸ ਆ ਜਾਵਾਂਗਾ। ਆਹੋ, ਓਏ ਕਿਆ ਸੀ ਨਾ, ਸਾਡੀ ਪਰਮਿਸ਼ਨ ਦੇ ਬਿਨਾਂ ਕਿਨੂੰ ਵੀ ਬਾਹਰ ਛੱਡਣਾ ਨਹੀਂ ਹੈ। ਇਹ ਐਦਾਂ ਕਿਵੇਂ ਗੱਲ ਕਰੇ ਇਹਦੇ ਨਾਲ? ਮੈਂ ਜਾ ਕੇ ਗੱਲ ਕਰਨਾ, ਉਹਨਾਂ ਨੂੰ ਕੁਝ ਕੰਮ ਹੈ। ਮੈਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਹੈ। ਜਦ ਮਨਾ ਕਰਤਾ ਮਨਾ ਕਰਤਾ। ਮਰੀ ਹੋਈ ਕੁਕੜੀ ਨੂੰ ਤੁਸੀਂ ਡੈੱਡ ਬੋਡੀ ਕਹਿ ਰਹੇ ਹੋ ਦੀਦੀ? ਡਿੱਗੀ ਖੋਲ ਸਰ, ਡਿੱਗੀ ਵਿੱਚ ਕੁਝ ਨਹੀਂ ਹੈ, ਪਲੀਜ਼ ਸਾਨੂੰ ਜਾਣ ਦਿਓ। ਹਾਂਜੀ, ਕੱਲ ਰਾਤ ਇੱਥੇ ਇੱਕ ਹੱਤਿਆ ਹੋਈ ਹੈ ਤੇ ਉਹ ਡੈੱਡ ਬੋਡੀ ਇਸ ਸੂਟਕੇਸ ਦੇ ਅੰਦਰ ਹੈ। ਹਾਂ, ਇਹ ਤੂੰ ਕੀ ਕਹਿ ਰਹੀ ਦੀਦੀ? ਮੈਡਮ, ਤੁਸੀਂ ਬਿਨਾਂ ਚੈਕਿੰਗ ਦੇ ਇੱਥੋਂ ਬਾਹਰ ਨਹੀਂ ਜਾ ਸਕਦੇ। ਤੁਹਾਡੀ ਪਲਵੀ ਮੈਡਮ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਕਿਹਾ ਨਾ ਤੁਹਾਨੂੰ, ਤੁਸੀਂ ਡਿੱਗੀ ਖੋਲੋ ਪਲੀਜ਼। ਸ਼ੰਕਰ, ਕੀ ਹੋਇਆ? ਇਹ ਲੋਕੀ ਬਾਹਰ ਜਾਣਾ ਚਾਹੁੰਦੇ ਮੈਮ, ਵੈਨ ਚੈੱਕ ਕਰ ਰਹੇ ਹਾਂ ਇਹਨਾਂ ਦੀ। ਮੈਡਮ, ਇੱਕ ਜ਼ਰੂਰੀ ਕੰਮ ਲਈ ਬਾਹਰ ਜਾਣਾ ਸੀ, ਪਲੀਜ਼ ਗੇਟ ਖੋਲੋ ਨਾ। ਹਾਂ, ਬਸ 2 ਮਿੰਟ, ਜਲਦੀ ਚੈੱਕ ਕਰੋ ਸ਼ੰਕਰ, ਔਰ ਉਹਨਾਂ ਨੂੰ ਜਾਣ ਦਿਓ। ਹੁਣ ਡਿੱਗੀ ਖੋਲੋ ਪਲੀਜ਼। ਐ ਲੱਗਦਾ ਜਿਵੇਂ ਅਨੁਪਮਾ ਕੁਝ ਲੁਕਾ ਰਹੀ ਹੈ ਮੈਡਮ। ਅੱਛਾ ਹੈ ਤੁਸੀਂ ਰਿਟਾਇਰ ਹੋ ਰਹੇ ਹੋ ਜੋਸੇਫ ਸਰ। ਬਸ ਇੱਕ ਰਾਤ ਹੋਰ ਇੰਤਜ਼ਾਰ, ਪ੍ਰਭੂ ਲਗਭਗ ਆ ਚੁੱਕੇ। ਤੁਸੀਂ ਤਾਂ ਬੇਮਤਲਬ ਦੇ ਸੀਨ ਕ੍ਰੀਏਟ ਕਰ ਰਹੇ ਸੀ, ਤੁਸੀਂ ਜਾ ਸਕਦੇ ਹੋ। ਵਾਲ ਬਚ ਗਏ। ਅੰਨਾ ਸੀਗੀ, ਉਹਨੂੰ ਇੰਨਾ ਵੱਡਾ ਸਰੀਰ ਦਿਸਿਆ ਨਹੀਂ। ਮੈਂ ਉਹਦੇ ਉੱਤੇ ਪੁਰਾਣੇ ਕੱਪੜੇ ਰੱਖ ਦਿੱਤੇ ਸੀ। ਦੀਦੀ, ਬਾਡੀ ਨੂੰ ਸਹੀ ਤਰੀਕੇ ਨਾਲ ਠਿਕਾਣੇ ਤੇ ਲਾ ਦਾ ਨਾ। ਮੈਂ ਤਾਂ ਬਸ ਇੱਥੇ ਤੁਹਾਡੀ ਮਦਦ ਕਰਨ ਆਇਆ ਸੀ, ਪਰ ਤੁਸੀਂ ਤਾਂ ਖੁਦ ਹੀ ਨਿਪਟਾਤਾ। ਪੁਲਿਸ ਤਾਂ ਬਾਡੀ ਹੁਣ ਟਰੈਕ ਕਰ ਹੀ ਨਹੀਂ ਪਾਊਗੀ। ਕੋਈ ਗੱਲ ਨਹੀਂ, ਆ ਜਾਓ ਬਾਹਰ ਆ। ਹੁਣ ਆਪਾਂ ਕੀ ਕਰਾਂਗੇ ਦੀਦੀ?
ਤੁਸੀਂ ਵੀ ਮੈਡਮ ਅਨੁਪਮਾ ਗੁੰਮਾ ਗੁੰਮਾ ਪਲੀਜ਼ ਸਬਸਕ੍ਰਾਈਬ ਕਰਿਓ। ਆਹ ਪਤਾ ਵੈਨ ਦੀ ਤਲਾਸ਼ੀ ਲੈਂਦੇ ਹੋਏ ਮੈਂ ਬੋਡੀ ਨੂੰ ਵੇਖ ਲਿਆ ਸੀ, ਲੇਕਿਨ ਉਸੇ ਵੇਲੇ ਵੇਖ ਲੈਂਦਾ ਤਾਂ ਕੀ ਮਿਲਦਾ? ਚੰਗੀ ਡਿਊਟੀ ਨਿਭਾਈ ਆ, ਇਸ ਲਈ ਸਰਾਂਦੇ ਜੋ ਚਾਹੀਦਾ ਉਹ ਤੁਹਾਨੂੰ ਮਿਲਦਾ। ਸਰ ਉਹ ਬਸ ਇੱਕ ਐਕਸੀਡੈਂਟ ਸੀ ਸਰ। ਉਹਦੇ ਨਾਲ ਫਰਕ ਨਹੀਂ ਪੈਂਦਾ ਉਹ ਐਕਸੀਡੈਂਟ ਸੀ ਜਾਂ ਇੰਸੀਡੈਂਟ, ਮਰਡਰ ਤਾਂ ਮਰਡਰ ਹੁੰਦਾ ਹੈ ਨਾ। ਸਰ ਮੈਂ ਤੁਹਾਨੂੰ ਦੱਸਦੀ ਹਾਂ ਐਗਜੈਕਟਲੀ ਕੀ ਹੋਇਆ ਸੀ, ਮੈਂ ਸੱਚ ਦੱਸਦੀ ਹਾਂ। ਮੈਂ ਇਹ ਸਭ ਨਹੀਂ ਸੁਣਨਾ ਚਾਹੁੰਦਾ, ਮੈਨੂੰ ਜੋ ਚਾਹੀਦਾ ਉਹ ਦੇ ਦੇਵੋ ਅਤੇ ਤੁਰ ਪੜੋ। ਤੁਹਾਨੂੰ ਕੀ ਚਾਹੀਦਾ ਹੈ ਸਰ? ਅੰਡਾ। ਸਰ ਸਭ ਇਹੀ ਕਹਿ ਰਹੇ ਨੇ ਪਰ ਮੇਰੇ ਕੋਲ ਨਹੀਂ ਹੈ ਸਰ। ਬਹੁਤ ਝੂਠ ਬੋਲਿਆ ਤੂੰ, ਜੇ ਤੇਰੇ ਕੋਲ ਅੰਡਾ ਨਹੀਂ ਸੀ ਤਾਂ ਉਹਨੂੰ ਮਾਰਿਆ ਕਿਉਂ? ਸਰ ਮੈਂ ਸੱਚ ਕਹਿ ਰਹੀ ਹਾਂ, ਇੱਕ ਆਦਮੀ ਹੈ ਜੋ ਪਹਿਲਾਂ ਤੋਂ ਹੀ ਮੈਨੂੰ ਅੰਡੇ ਦੇ ਲਈ ਧਮਕੀ ਦੇ ਰਿਹਾ ਹੈ ਅਤੇ ਹੁਣ ਤੁਸੀਂ। ਉਹ ਕੌਣ ਹੈ? ਜਿੰਨੇ ਉਹ ਅੰਡਾ ਚੋਰੀ ਕੀਤਾ ਸੀ। ਕੀ ਜਿੰਨੇ ਅੰਡੇ ਨੂੰ ਚੁਰਾਇਆ ਹੈ ਉਹੀ ਧਮਕੀ ਦੇ ਰਿਹਾ ਅੰਡੇ ਦੇ ਲਈ? ਅਕਲਦਾਨਾ ਲੱਗਦਾ ਮੈਂ। ਸਰ ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ, ਮੈਂ ਤੁਹਾਨੂੰ ਪੂਰੀ ਸਟੋਰੀ। ਕੋਈ ਜ਼ਰੂਰਤ ਨਹੀਂ ਹੈਗੀ, ਇਹ ਸਟੋਰੀ ਪੱਲਵੀ ਮੈਡਮ ਨੂੰ ਦੱਸੀ, ਉਹਨੂੰ ਸਫਾਈ ਦੇਈ। ਸਰ 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 ਪਲੀਜ਼ ਸਰ। ਉਸ ਕੋਂਸਟੇਬਲ ਦੀ ਲਾਸ਼ ਨੂੰ ਸੂਟ ਕੇਸ ਵਿੱਚ ਭਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਉਹਦੇ ਹੱਥ ਪੈਰ ਵਣ ਦੀ। ਮੈਂ ਸਭ ਸੰਭਾਲ ਲਵਾਂਗਾ, ਤੂੰ ਜਾ ਤੇ ਅੰਡਾ ਲੈ ਕੇ ਆ। ਅੰਡਾ ਮੈਂ ਨਹੀਂ ਕਰਾਂਗੀ, ਤੈਨੂੰ ਜੋ ਕਰਨਾ ਹੈ ਉਹ ਕਰ, ਹੁਣ ਮੈਂ ਟੈਨਸ਼ਨ ਹੋਰ ਨਹੀਂ ਸਹਿ ਸਕਦੀ। ਇਸ ਤੋਂ ਪਹਿਲਾਂ ਕਿ ਕੋਈ ਹੋਰ ਮਰੇ ਮੈਂ ਪੁਲਿਸ ਨੂੰ ਜਾ ਕੇ ਸਭ ਕੁਝ ਦੱਸ ਦਵਾਂਗੀ। ਪੁਲਿਸ ਮੇਰਾ ਕੁਝ ਨਹੀਂ ਵਿਗਾੜ ਸਕਦੀ, ਮੈਨੂੰ ਪਤਾ ਸੀ ਤੂੰ ਮੇਰੀ ਹੈਲਪ ਨਹੀਂ ਕਰੇਂਗੀ, ਇਸ ਲਈ ਮੈਂ ਤੇਰੇ ਪੁੱਤਰ ਨੂੰ ਕਿਡਨੈਪ ਕਰ ਲਿਆ। ਮੈਂ ਉਹਨੂੰ ਪਹਾੜੇ ਸਿਖਾ ਰਿਹਾ, ਪਰ ਮੈਂ ਤੁਹਾਡਾ ਸੱਚਮੁੱਚ ਕਮਜ਼ੋਰ ਹੈ। 7-6 ਦਾ 47 ਹੁੰਦਾ ਹੈ, ਉਹ ਕਹਿੰਦਾ ਕਿ 42 ਹੈ, ਉਹਨੂੰ ਕਹਿ ਦੇ ਕਿ 47 ਸਹੀ ਜਵਾਬ ਹੈ ਪਲੀਜ਼। ਅਲੇ ਪੁੱਤਰ ਮੰਮਾ ਇਹ ਲੋਕ ਮੈਨੂੰ ਉਠਾ ਕੇ ਇੱਥੇ ਲੈ ਕੇ ਆ ਗਏ। ਵਰੁਣ ਵਰੁਣ ਇਹ ਮੈਨੂੰ ਇੱਥੇ ਲਿਆ ਇਹਨੇ ਮੰਮੀ। ਸੁਣ ਲਈ ਨਾ ਤੂੰ ਦੀ ਆਵਾਜ਼। ਵਰੁਣ ਵਰੁਣ ਹੈਲੋ ਵਰੁਣ ਨਹੀਂ ਨਾਇਰ, ਵੇਖ ਮੈਂ ਬਸ ਉਹਨੂੰ ਮੈਥ ਪੜਾਉਣਾ ਚਾਹੁੰਦਾ ਹਾਂ, ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ, ਸਮਝ ਗਈ ਨਾ? ਸਰ 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 ਪਲੀਜ਼ ਉਹਨੂੰ ਕੁਛ ਨਾ ਕਰਿਓ ਸਰ ਪਲੀਜ਼, ਮੈਂ ਕਿਸੇ ਤਰ੍ਹਾਂ ਤੁਹਾਡੇ ਲਈ ਆਂਡਾ ਲੈ ਕੇ ਆਵਾਂਗੀ ਸਰ ਪਲੀਜ਼ ਸਰ। ਗੁੱਡ ਗਰਲ, ਹੁਣ ਨਾ ਤੇਰੇ ਕੋਲ ਟਾਈਮ ਹੈ ਤੇ ਨਾ ਮੇਰੇ ਕੋਲ ਪੇਸ਼ੈਂਸ ਹੈ, ਪਰ ਫਿਰ ਵੀ ਮੈਂ ਉਹਨੂੰ 7 ਦਾ ਪਹਾੜਾ ਸਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਜਦ ਤੱਕ ਤੂੰ ਮੇਰੇ ਵਾਸਤੇ ਆਂਡਾ ਨਾ ਲੈ ਕੇ ਆਵੇਂ। 7-6 ਦਾ 42 ਦੱਸ ਰਿਹਾ ਹੈ, ਇਹਨੂੰ ਸਕੂਲ 'ਚ ਜ਼ਰੂਰ ਆਂਡਾ ਮਿਲੇਗਾ, ਪਰ ਪਹਿਲਾਂ ਤੂੰ ਮੇਰਾ ਆਂਡਾ ਲਿਆ ਕੇ ਦੇ, ਸਮਝ ਗਈ ਨਾ? ਜਲਦੀ ਕਰ।
हाँ दसिए सर। मैडम फिरोज दी घर वाली सारा ने आज एक ही नंबर ते कई बारी फोन किते ने। कोई फादर डैनियल है। फादर डैनियल? मैनू गल करनी है। आओ। आप सायरा नू जानते हैं? हाँ, जानता। कब से? मैनू याद नहीं। किवे? ओ मेरी शिष्य है। शिष्य? हाँ, शिष्य। ओ तो मेरे कोल आई सी जदो तकलीफ विच सी। मैं उन प्रभु दा राह विखाया। मैनू आप दे फ्लैट दी तलाशी लेनी है। डैनियल सर, डैनियल सर, फादर डैनियल। मैनू तलाशी लेनी है। मैडम शहर के बाहर जड़ी झील है उसके विच एक डेड बॉडी मिलने की जानकारी मिली है। उस एरिया की पुलिस का कहना है कि वह बॉडी मणि दी है। मैडम सही जानकारी है? हाँ मैडम मैं उत्थे जा रहा, उत्थे जाके अपडेट करदा तुहानू। ठीक है मैं इत्थों तो निकलती हूँ। मैं आपसे फिर मिलांगी। सब कुछ मैं कीता है, मैं पापी हाँ। चुप कर जो दीदी, थोड़ा पानी पी लो। दीदी सट किवें लगी? उस फ्लैट विच किसी चीज ते पैर रखा गया सी। केड़ा फ्लैट? हाँ ओ लॉकेट, ओ लॉकेट में किते वेख्या है। केड़ा लॉकेट? तुसी किते वेख्या? अब फिरोज दे फ्लैट च। फादर दे कोल है? उस दिन मैं प्रेयर दे दौरान उन्हां दे हाथ विच ओ लॉकेट लटकिया वेख्या सी। हत्या दी रात उस फ्लैट विच मेरे मनी ते फिरोज दे इलावा जरूर उते फादर भी सी।
आंडा भी उन्हें कोली होगा। तुहानू पूरा यकीन है दीदी? हाँ शिल्पा, तू फादर डैनियल नू इत्थों किते ले जा। उदों तक मैं नायर नू उन्हूं फड़न लई कहनी हां। इहदे इलावा फादर दे फ्लैट दी चाबी चाहीदी है। पर ओह किवें मिलूगी? फादर तुहानू मेरे घर चलना होएगा, मेरी माँ दी तबीयत बहुत खराब है। साढ़े घर आके उन्हां दे सिर ते हाथ रख दो, वह ठीक हो जाएंगे। कल रात प्रभु मेरे सपने च आए सी। प्रभु? हाँ। की क्या उन्होंने? उन्होंने कहा कि मैं डैनियल बाबू नू तेरी रक्षा लई भेजा है। मेरी प्रार्थना बंद कर ते डैनियल बाबू नाल गल कर। प्रभु ने मेरा नाम लिता, मेरा नाम लिता। बस एक मिनट रोका। मैं अपना हाथ तेरी मां तेरे उत्तर रख के उन्होंने बचाऊंगा। चलो चलिए। प्रभु ने मेरे बारे होर की किया? उन्होंने किया कि तुसी पटके हुए मेमने हो फादर। मैं चल दिया, मैनु माफ करियो फादर। शिल्पा, शिल्पा, शिल्पा रोक, शिल्पा। डुप्लीकेट चाबी मिल गई। अनु, मैं हमेशा दूसरे की लाइफ में अपना सिर वाड़ के बहुत खुश रहती सी, पर मैं अपनी जिंदगी की खुशियां सुरक्षित नहीं रख पाई। मैनु डर लग रहा है। डर ना, चाबी मैनु दे, मैं जाऊंगा। नहीं मोहन, मैनु ही जाना पवेगा। थोड़े हस्बैंड आ गए मैडम। पल्लवी। प्रकाश, तुसी इत्थे की कर रहे हो? मैं उन्होंने आन ले कहा सी। तुहाडा 8 बजे का डॉक्टर नाल अपॉइंटमेंट है ना मैडम? मैनू आप दी बहुत याद आओगी सर। नहीं अजी हाँ ना कहो मैडम। बाय सर। आंडा किथे है? ओ एक संकेत है जो प्रभु ने मेरे वास्ते भेजा है। संकेत भेजा है? तेरे वर्गियां नू उन्हें छूना भी नहीं चाहिदा। ए संकेत SMS नाल आया या फिर WhatsApp तो आया है? पापी। ओए तू पापी किनू कहा? मैं तेरा सिर पाड़ देंगा।
हेलो सर, मैंने चाकू दे डेड बॉडी दी आसपास दी ली गई सारी तस्वीरें भेजी है सर। ओके मैम। मैंने अपना फोन दो, छेती अपना फोन दो। हाय, हेलो, सारे खाना बनाने वाले हैं मेरा सत श्री अकाल। सर, मैंने वो अंडा मिल गया। उन्हें मेरे को लेके आ। ओ, मैंने वो अंडा मिल गया। पार्टी करने का टाइम आ गया वे। पार्टी 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 करांगे पार्टी। एक मिनट सर। हाँ। मेरी गल सुनो। मेरे वरुण नू सीसीटीवी फुटेज नू लागे वाली गली विच एक मस्जिद है उथे मेरे हस्बैंड ने उन्हें सौंप दो। ओए। हाँ भाई। ओ सीसीटीवी फुटेज अते ऐसे पिल्ले नू मसीद च लेके जाओ। ठीक है भाई। जिवें ही मेरे हस्बैंड फोन करेंगे मैं तुहानू ये अंडा देन आ जावांगी। स्मार्ट लेडी। आवेगा असली मजा, हुण आवेगा मजा। ओ गॉड सेव मी। प्रभु उन वाले ही होंगे, इंतजार कर बेवकूफ बंदा। हेलो अनु, वरुण मेरे कोल है, फुटेज भी मिल गई है। ये दरवाजा नहीं खुल रहा है। की? मैं अंदर फंस गई हूँ। डरना, मैं आ रहा। अनुपमा मैडम, तुसी इत्थे की कर रही हो? मैडम, मणि नू तुमने ही मारिया सी ना? मारिया या नहीं? मैडम, एक बारी मेरी गलत मेरी गलत जवाब दो। हाँ, मैं ही मारिया है, पर ओदा ना नहीं है जिवें दा तुसी सोच रहे हो। मैं सब कुछ तुहानू सच दसदी हां मैडम, मेरी गल सुनो। मैडम मैडम, मैं कोई चोरी नहीं कीती है। मैडम मेरा विश्वास करो प्लीज। फादर डैनियल अंदर ही है ना? अंदर कोई नहीं है मैडम, मैं डुप्लीकेट चाबी इस्तेमाल की थी। प्लीज मैम, प्लीज मेरे उत्ते विश्वास करो। एक अनजान आदमी मेनू ते मेरे मुंडे नू ए सांडे ते लई मारन दी धमकी दे रहा है। मैम मैम प्लीज, ए अंडा शुरू तो ही फादर डैनियल दे कोल सी मैम, ते ओ मैडम
मैडम मैडम अनु अनु मामा अनु मामा अनु की हाल है तेरा? मैं पुलिस की हैसियत नाल नहीं आया हाँ, हूँ मैं रिटायर हो चुके हाँ। मैनू पता है कि मणि नू तू ही मारिया सी। मैं भी जानता हाँ कि तू उन्हें काफी टाइम तक लुकाया सी। वो एक पेशेवर क्रिमिनल सी। ओ जहे बंदे दे लई तेनू जिम्मेदार ठहराना सही गल नहीं है। हाँ वेख दोबारा अजिहा ना होवे, नहीं तो पल्लवी की मौत जाया हो जाएगी। ओदी मौत ने तेनू एक नवा जीवन दिता है, ओदा सही इस्तेमाल करी। पल्लवी मैडम, सिर्फ मेरी वजह नाल रब मेनू कदी माफ नहीं करेगा। रब केहो जिहा रब? किथे है ओ? इत्थे कोई रब नहीं है जेड़ा चंगे जा माड़े दा फैसला कर सके। जेकर हुंदा तां की पल्लवी मैडम नू मरण दिंदा?
ਅਸੀਂ ਕਦੋਂ ਤੱਕ ਈਸ਼ਵਰ ਨੂੰ ਲੱਭਦੇ ਰਵਾਂਗੇ ਤੇ ਅੱਖ ਬੰਦ ਕਰਕੇ ਉਹਦੇ ਤੇ ਵਿਸ਼ਵਾਸ ਕਰਦੇ ਰਵਾਂਗੇ? ਆਪਾਂ ਐਂ ਕਿਉਂ ਸੋਚਦੇ ਹਾਂ ਕਿ ਰੱਬ ਸਾਡੀ ਮਦਦ ਕਰਨ ਆਊਗਾ? ਜੋ ਤੁਸੀਂ ਮਹਿਸੂਸ ਕਰਦੇ ਹੋ, ਪਿਆਰ, ਨਫ਼ਰਤ, ਈਰਖਾ, ਉਹ ਈਸ਼ਵਰ ਹੈ, ਮਨੁੱਖੀ ਰੱਬ ਹੈ, ਇੱਕ ਦੇਵਤਾ ਜੋ ਜੰਗਲ ਵਿੱਚ ਖੋ ਗਿਆ, ਇੱਕ ਈਸ਼ਵਰ ਜੋ ਖੁਦ ਨੂੰ ਲੱਭਣ ਲਈ ਆਪਦੇ ਅੰਦਰ ਝਾਕਣਾ ਭੁੱਲ ਗਿਆ। ਉਹ ਤੁਹਾਡੇ ਅੰਦਰ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਹੀ ਕਾਫਰ ਹੋ। ਜਿਸ ਈਸ਼ਵਰ ਨੂੰ ਤੁਸੀਂ ਲੱਭ ਰਹੇ ਹੋ, ਜਿਸ ਖੁਸ਼ੀ ਦੀ ਤੁਸੀਂ ਤਲਾਸ਼ ਕਰ ਰਹੇ ਹੋ, ਉਹ ਤੁਹਾਡੇ ਅੰਦਰ ਹੈ। ਬਾਹਰ ਕੁਛ ਵੀ ਨਹੀਂ ਹੈ, ਸਭ ਕੁਝ ਤੁਹਾਡੇ ਅੰਦਰ ਹੈ।